ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਨਪਿੰਦਰ ਸਿੰਘ ਬਰਾੜ। ਖਾਸ ਪੇਸ਼ਕਸ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਪਾਰਲੀਮੈਂਟ ਚੋਣਾਂ ਦਾ ਮਾਹੌਲ ਹੈ, ਬਿਲਕੁਲ ਗੱਲ ਸਿਖਰ ਤੇ ਪਹੁੰਚ ਚੁੱਕੀ ਹੈ, ਸਾਰੀਆਂ ਪਾਰਟੀਆਂ ਪੂਰੀ ਵਾਲ ਆ ਰਹੀਆਂ ਨੇ, ਪਰ ਇਸ ਦੌਰਾਨ ਬੀਜੇਪੀ ਤੇ ਸਭ ਦੀ ਨਜ਼ਰ ਟਿਕੀ ਹੋਈ ਹੈ ਕਿ ਬੀਜੇਪੀ ਇਸ ਵਾਰ ਕੀ ਕਰੇਗੀ, ਪੰਜਾਬ ਦੇ ਵਿੱਚ ਬੀਜੇਪੀ ਦੀ ਕੀ ਪਰਫੋਰਮੈਂਸ ਰਹੇਗੀ। ਤਾਂ ਇਸ ਦੇ ਲਈ ਸਾਡੇ ਨਾਲ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਮੌਜੂਦ ਨੇ। ਤਾਂ ਸੁਨੀਲ ਜਾਖੜ ਹੋਰਾਂ ਨੂੰ ਹਰ ਸਵਾਲ ਹੋਏਗਾ, ਸੁਨੀਲ ਜਾਖੜ ਹੋਰਾਂ ਨੂੰ ਪੰਜਾਬ ਦੀ ਜਨਤਾ ਦਾ ਸਵਾਲ ਹੋਏਗਾ ਕਿ ਕਿਹੜੀ ਤਿਆਰੀ ਦੇ ਨਾਲ ਪੰਜਾਬ ਦੇ ਵਿੱਚ ਨਿਤਰੇ ਨੇ। ਤਾਂ ਮੇਰੇ ਨਾਲ ਰਹਿਣਗੇ ਮੇਰੇ ਸਹਿਯੋਗੀ ਰਾਜੀਵ ਸ਼ਰਮਾ। ਤਾਂ ਬਿਲਕੁਲ ਸਾਡੇ ਨਾਲ ਅੰਮ੍ਰਿਤਸਰ ਦੀ ਜਨਤਾ ਜਨਾਰਦਨ ਵੀ ਮੌਜੂਦ ਹੈ। ਤਾਂ ਅੱਜ ਸਿੱਧੇ ਸਵਾਲ ਕੀਤੇ ਜਾਣਗੇ ਔਰ ਇਹ ਜਨਤਾ ਉਹ ਹੈ ਜੋ ਤੈਅ ਕਰੇਗੀ ਕਿ ਇਸ ਵਾਰ ਅੰਮ੍ਰਿਤਸਰ ਤੋਂ ਕਿਸ ਨੂੰ MP ਬਣਾ ਕੇ ਲੋਕ ਸਭਾ ਦੇ ਵਿੱਚ ਭੇਜਣਾ ਹੈ। ਤਾਂ ਸ਼ੁਰੂ ਕਰਦੇ ਹਾਂ ਸਵਾਲਾਂ ਦਾ ਸਿਲਸਿਲਾ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਭਾਜਪਾ ਦੇ ਕੋਲ ਅੰਮ੍ਰਿਤਸਰ ਨੂੰ ਲੈ ਕੇ ਕੀ ਹੈ ਨਜ਼ਰੀਆ। ਤਾਂ ਸ਼ੁਰੂ ਕਰਦੇ ਹਾਂ ਸਵਾਲਾਂ ਦਾ ਸਿਲਸਿਲਾ। ਤਾਂ ਬਿਲਕੁਲ ਜਾਖੜ ਸਾਹਿਬ ਤੋਂ ਸ਼ੁਰੂਆਤ ਹੋਏਗੀ। ਜਾਖੜ ਸਾਹਿਬ, ਬੀਜੇਪੀ ਪੰਜਾਬ ਦੇ ਵਿੱਚ ਪਹਿਲੀ ਵਾਰ ਨਿਤਰੀ ਹੈ, ਇਕੱਲਿਆਂ ਨਿਤਰੀ ਹੈ ਬੀਜੇਪੀ, ਪਰ ਪੰਜਾਬ ਦੇ ਵਿੱਚ ਇਸ ਵਾਰ ਸਿਨੈਰੀਓ ਬੜਾ ਵੱਖਰਾ ਔਰ ਆਉਂਦਾ ਹੀ ਤੁਹਾਡੇ 'ਤੇ ਐਲੀਗੇਸ਼ਨ ਲੱਗ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਤੁਸੀਂ ਤਾਂ ਇਸ ਸਕੀਮ ਦੇ ਵਿੱਚੋਂ ਐਲੀਗੇਸ਼ਨ ਕੇਂਦਰ 'ਤੇ ਲੱਗ ਗਿਆ ਕਿ 4 ਤਰੀਕ ਤੋਂ ਬਾਅਦ ਪੰਜਾਬ ਸਰਕਾਰ ਡੇਗਣ ਦੀਆਂ ਧਮਕੀਆਂ ਵੀ ਦੇਣ ਲੱਗ ਗਏ। ਦੇਖੋ, ਅਮਿਤ ਸ਼ਾਹ ਜੀ ਨੇ ਉਹਨਾਂ ਨੂੰ ਧਮਕੀ ਨਹੀਂ ਦਿੱਤੀ, ਭਗਵੰਤ ਮਾਨ ਜੀ ਨੂੰ ਸ਼ੀਸ਼ਾ ਦਿਖਾਇਆ ਹੈ ਅਤੇ ਸਰਕਾਰ ਜਿਹੜੀ ਡਿੱਗੂਗੀ ਉਹਨੂੰ ਕਿਸੇ ਨੇ ਡੇਗਣਾ ਨਹੀਂ, ਆਪਣੇ ਭਾਰ ਨਾਲ ਡਿੱਗੂਗੀ। ਉਹਨਾਂ ਨੇ ਕਿਹਾ ਭਗਵੰਤ ਮਾਨ ਜੀ ਦੀ ਸਰਕਾਰ 4 ਜੂਨ ਦੇ ਬਾਅਦ ਜ਼ਿਆਦਾ ਦਿਨ ਚੱਲੂਗੀ ਨਹੀਂ। ਤਾਂ ਉਹਦੇ 3-4 ਕਾਰਨ ਹੈ। ਇੱਕ ਤਾਂ ਜਿਹੜੀ ਪਾਰਟੀ ਆਪਣੇ 7 MP ਨਹੀਂ ਸੰਭਾਲ ਸਕੀ ਰਾਜ ਸਭਾ ਦੇ, ਉਹ 92 ਨੂੰ ਕਿਵੇਂ ਸੰਭਾਲੂਗੀ? ਉਹ ਵੀ ਖੇਰੂ ਖੇਰੂ ਹੋ ਗਏ ਜਿਸ ਦਿਨ ਕਰਪਸ਼ਨ ਦੇ ਖਿਲਾਫ਼ ਦਬਿਸ਼ ਪਈ, ਕੇਜਰੀਵਾਲ ਸਾਹਿਬ ਤਿਆੜ ਗਏ, 7 ਦੇ 7 ਫੁਰ ਹੋ ਗਏ। ਹੁਣ ਜਦੋਂ ਕਰਪਸ਼ਨ ਵਾਲੀ ਆਂਚ, ਦਾਰੂ ਦਾ ਮਸਲਾ ਹੈ ਪੰਜਾਬ 'ਚ, ਉਸ ਤੋਂ ਵੱਡਾ ਘੁਟਾਲਾ ਹੋਇਆ ਜਿੰਨਾ ਦਿੱਲੀ 'ਚ ਹੋਇਆ, ਜਿਹਦੀ ਆਂਚ ਇੱਥੇ ਆਈ ਅਤੇ 92 'ਚੋਂ ਪਤਾ ਨਹੀਂ ਕਿੰਨੇ ਪਾਸੇ ਹੋਣਗੇ। ਤੀਜਾ ਜਿਹੜਾ ਹੈ, ਇਸ 1 ਤਰੀਕ ਨੂੰ ਜਦੋਂ ਵੋਟਾਂ ਪੈਣੀਆਂ, ਇਹਦੇ ਵਿੱਚ ਸਭ ਤੋਂ ਵੱਡਾ ਝਟਕਾ ਜਿਹੜਾ ਹੈ, ਸਭ ਤੋਂ ਪਹਿਲਾਂ ਤਾਂ ਵੱਡਾ ਝਟਕਾ ਲੱਗਣਾ ਅਕਾਲੀ ਦਲ ਨੂੰ। ਦੂਜਾ ਝਟਕਾ ਜਿਹੜਾ ਹੈ, ਇਹਨਾਂ ਦਾ ਗ੍ਰਾਫ ਜਿਹੜਾ ਆਮ ਆਦਮੀ ਪਾਰਟੀ ਨੂੰ 40% ਤੋਂ ਫਾਲਤੂ ਵੋਟਾਂ ਪਈਆਂ ਸੀ, ਐਤਕੀ 20 ਤੋਂ ਘੱਟ ਆਉਣਗੇ, ਉਹ ਜਿਹੜਾ ਝਟਕਾ ਉਹਨੂੰ ਦੇਖ ਕੇ 92 ਹੋਰ ਰੂਫਰੂ ਹੋ ਜਾਣਗੇ। ਉਸ ਤੋਂ ਵੀ ਅਗਲੀ ਜਿਹੜੀ ਗੱਲ ਹੈ, ਜਿਸ ਤਰ੍ਹਾਂ ਗੀਤਾ 'ਚ ਲਿਖਿਆ, ਕਰਮਨੇ ਵਾ ਅਧਿਕਾਰਸਤੇ ਮਾਂ ਫਲੇ ਸ਼ੁ ਕਦਾਚਨਾ, ਵੀ ਤੂੰ ਕਰਮ ਕਰ ਅਤੇ ਤੈਨੂੰ ਫਲ ਦੀ ਚਿੰਤਾ ਨਾ ਕਰ। ਪਰ ਇਹ ਜਿਹੜੇ ਆਮ ਆਦਮੀ ਪਾਰਟੀ ਅਤੇ ਇਹਨਾਂ ਦੇ ਭਾਈਵਾਲ ਜਿਹੜੇ 16-17 ਕਾਂਗਰਸ ਦੇ MLA, ਸਾਰਿਆਂ ਨੂੰ ਚਿੰਤਾ ਹੀ ਫਲ ਦੀ ਹੈ, ਕਿਉਂਕਿ ਇਹਨਾਂ ਨੇ ਕਰਮ ਤਾਂ ਕੋਈ ਚੰਗਾ ਕੀਤਾ ਹੀ ਨਹੀਂ, ਕਰਮ ਸਾਰੇ ਮਾੜੇ ਕੀਤੇ, ਫਲ ਜਿਹੜਾ ਹੈ ਉਹ ਧਿਆੜਕਨੀ ਉਹਨਾਂ ਦਾ ਰਸਤਾ। ਇਸ ਕਰਕੇ ਸਾਰੇ ਗਾਂਹ ਪਿਛਾਂ ਹੋਣਗੇ ਇਹਨਾਂ ਨੂੰ। ਭਗਵੰਤ ਮਾਨ ਜੀ ਨੂੰ BJP ਨੇ ਨਹੀਂ ਸਿੱਟਣਾ, ਕਿਸੇ ਹੋਰ ਨੇ ਨਹੀਂ, ਇਹਨਾਂ ਨੂੰ ਬਦਲਣਾ ਹੈ, ਖੁਦ ਕੇਜਰੀਵਾਲ ਸਾਹਿਬ ਨੇ ਬਦਲਣਾ, ਆਪਣੇ ਵਾਲਾ ਨਜ਼ਲਾ ਇਹਨਾਂ ਦੇ ਕੱਢਣਗੇ, ਤੁਸੀਂ ਆਹ ਦੇਖ ਲਿਓ ਮੇਰੇ ਤੋਂ। ਡਾਕਟਰ ਸਾਹਿਬ, ਤੁਸੀਂ ਕਹਿੰਦੇ ਹੋ ਨਾ ਕਿ ਚਿੰਤਾ, ਉਹ ਕਿਉਂ ਵੀ ਮਾਨ ਸਾਹਿਬ ਵੀ ਇਹ ਕਹਿ ਰਹੇ ਹੋ, ਕਹਿੰਦੇ ਤੁਸੀਂ ਆਪਦੀ ਚਿੰਤਾ ਕਰੋ, ਪੰਜਾਬ ਸਰਕਾਰ ਕੋਲ 92 ਆ, ਬੜੇ ਮਜ਼ਬੂਤ ਹੈ, ਉਹ ਆਹਦੇ ਤੁਸੀਂ ਵੇਖੋ ਸੈਂਟਰ ਕਿਵੇਂ ਬਚਾਉਣੀ ਹੈ। 92 ਕਿਉਂ ਦੇਖਦੇ ਹੋ? ਕਾਂਗਰਸ ਵਾਲੇ ਨਾਲ ਗਿਣੋ ਸਾਹਿਬ, ਦੇ ਆਰ 1 ਐਂਡ ਦਾ ਸੇਮ ਥਿੰਗ। ਮੋਦੀ ਸਾਹਿਬ ਨੇ ਜਿਹੜਾ ਉੱਥੇ ਗੁਰਦਾਸਪੁਰ ਗੱਲ ਕਹਿ ਕੇ ਗਏ ਹੈ ਵੀ ਦੁਕਾਨ 1 ਹੈ, ਸ਼ਟਰ 2 ਹੈ, ਸਮਾਨ ਤਾਂ ਉੱਥੇ ਹੈ। ਖੁਦ ਇੱਥੇ ਆ ਕੇ ਆਪਣੇ ਰਾਹੁਲ ਜੀ ਆਏ, ਆਉਣ ਤੋਂ ਪਹਿਲਾਂ ਸਵੇਰੇ ਫੋਟੋ ਦਿਖਾ ਰਹੇ ਸੀ, ਉਂਗਲ ਦਿਖਾ ਰਹੇ ਸੀ, ਵੋਟ ਕਿਹਨੂੰ ਪਾ ਕੇ ਆਏ? ਕੇਜਰੀਵਾਲ ਨੂੰ। ਫਿਰ ਇਹਦੇ ਬਾਅਦ ਕੀ, ਉਹਨਾਂ ਦਾ ਰਹਿ ਨਹੀਂ ਗਿਆ ਸਭ? ਦੇ ਆਰ 1 ਐਂਡ ਦਾ ਸੇਮ ਥਿੰਗ, ਨੱਥਾ ਸਿੰਘ ਔਰ ਪ੍ਰੇਮ ਸਿੰਘ ਬਹੁਤ ਆਰ ਦਾ ਸੇਮ ਥਿੰਗ। ਪਰ ਉਹ ਕਹਿੰਦੇ ਆ ਕਿ ਪੰਜਾਬ 'ਚ ਅਸੀਂ ਇਕੱਠੇ ਨਹੀਂ ਹੈ, ਪੰਜਾਬ 'ਚ ਅਸੀਂ ਵੱਖਰੇ ਵੱਖਰੇ। ਤੁਸੀਂ ਦੇਖੋ, ਨਹੀਂ ਇਕੱਠੇ ਨਹੀਂ ਹੁੰਦੇ ਤਾਂ ਹੁਣ ਤਾਂ ਹੀ ਜਿਹੜੇ ਕਹਿੰਦੇ ਸੀ ਮੈਂ ਬਸ ਬਾਡੀਆਂ ਦੇ ਪਰਚੇ ਕਰਾ ਦੂੰਗਾ, ਮੈਂ ਜਿਨ੍ਹਾਂ ਦੇ ਅਵਲ ਖਰਾਣੇ ਆ, ਜਿਨ੍ਹਾਂ ਦੇ ਸੋਨੇ ਦੇ ਬਿਸਕੁਟ ਉਧਰੋਂ ਆ ਰਹੇ ਸੀ ਰਵੀ ਪਾਰ, ਹੁਣ ਤਾਂ ਪਰਚਾ ਤਾਂ ਇੱਕ ਹੀ ਨਹੀਂ ਹੋਇਆ ਸਭ ਆ, ਕਿਉਂਕਿ ਆਪਸ 'ਚ ਇਕੱਠੇ ਹੈ ਸਭ।
ਕਰਪਸ਼ਨ ਨੂੰ ਇਹਨਾਂ ਨੇ ਖਤਮ ਕਰਨ ਦਾ ਇੱਕ ਲੋਕਾਂ ਨੂੰ ਡਰਨ ਦਾ ਹਵਾ ਬਣਾ ਰੱਖਿਆ ਦਿਖਾ ਚੁੱਪ ਕਰਾ ਲੈਂਦੇ ਚੁੱਪ ਕਰ ਜਾ ਅੱਖਾਂ ਨੀਵੇਂ ਕਰ ਕਾਂਗਰਸ ਹੱਥ ਨੀਵੇਂ ਕਰ ਲੈਂਦੀ ਹੈ ਪਰ ਇੱਕ ਗੱਲ ਦਾ ਨਰਪਿੰਦਰ ਜੀ ਤੁਸੀਂ ਮੰਨੋਗੇ ਤੁਸੀਂ ਤਾਂ ਰੋਜ਼ ਹੀ ਅੱਖਾਂ ਦਿਖਾਉਂਦੇ ਸੀ ਤੇ ਅੱਜ ਤਾਂ ਅੱਖਾਂ ਦਿਖਾਈ ਨਹੀਂ ਅਮਿਤ ਸ਼ਾਹ ਜੀ ਨੇ ਇੰਨੇ ਕਿਹਾ ਉਹਦੇ ਨਾਲ ਹੀ ਭਗਵੰਤ ਮਾਨ ਜੀ ਦੀ ਸੁਰਤਾਲ ਰਲੀ ਨਹੀਂ ਕੱਲ ਮੈਂ ਉਹਨਾਂ ਦੀ ਵੀਡੀਓ ਕਾਨਫਰੰਸ ਦੇ ਕਾਨਫਰੰਸ ਦੇਖ ਰਿਹਾ ਸੀ ਪ੍ਰੈਸ ਕਾਨਫਰੰਸ ਬਠਿੰਡੇ ਦੇ ਅੰਦਰ ਕਿੱਕਲੀ ਦਾ ਗਾ ਰਹੇ ਸੀ ਪਰ ਤਾਲ ਰਲੀ ਨਹੀਂ ਵੀ ਦਾਬਾ ਜਦੋਂ ਮਾਰਿਆ ਨਾ ਵੀ ਤੇਰੇ ਤਾਂ ਦਿਨ ਹੀ ਗਿਣਤੀ ਦੇ ਭਗਵੰਤ ਮਾਨ ਜੀ ਤੇ ਉਹ ਬੋਂਦਲ ਗਏ ਮਤਲਬ ਉਹਦੇ ਉਹਨੇ ਨਾਲ ਹੀ ਜਾਖੜ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਉਹਦੇ ਕਿੱਕਲੀ ਰਲੀ ਨਹੀਂ ਪਰ ਜੇ ਤੁਸੀਂ ਪੰਜਾਬ ਚ ਬੀਜੇਪੀ ਵਾਲੇ ਆਪਦੀ ਇਕੱਲੇ ਕਿੱਕਲੀ ਪਾਉਣ ਨੂੰ ਫਿਰਦੇ ਆ ਤਾਂ ਉਹਦੇ ਲਈ ਵੀ ਬੜੀ ਤਿਆਰੀ ਦੀ ਲੋੜ ਹੈ ਏਜੰਡੇ ਦੀ ਲੋੜ ਹੈ ਤਾਂ ਤੁਹਾਡਾ ਏਜੰਡਾ ਰਾਜੀਵ ਕਿਉਂਕਿ ਇਹ ਬਾਰਡਰ ਦਾ ਇਲਾਕਾ ਤਾਂ ਰਾਜੀਵ ਬੜੀ ਭਲੀ ਭਾਂਤ ਇੱਥੋਂ ਵਾਕਫ ਨੇ ਤਾਂ ਤੁਹਾਡਾ ਏਜੰਡਾ ਕੀ ਰਹਿਣ ਵਾਲਾ ਬਾਕੀ ਤੁਹਾਨੂੰ ਰਾਜੀਵ ਬੜਾ ਡੀਪਲੀ ਜਾਣਗੇ ਤਾਂ ਕਿਹੜੇ ਫੋਕਸ ਕਰ ਰਹੇ ਹੋ ਏਜੰਡੇ ਤੇ ਕਿ ਹਾਂ ਵੀ ਤੁਹਾਨੂੰ ਬੀਜੇਪੀ ਦੇ ਹੱਕ ਦੇ ਵਿੱਚ ਲੋਕ ਫਤਵਾ ਦੇ ਦੇਣ ਦੇਖੋ ਸਭ ਤੋਂ ਪਹਿਲਾਂ ਜੇ ਅੱਜ ਲੋਕਾਂ ਚ ਮੰਗ ਉੱਠ ਰਹੀ ਹੈ ਵੀ ਮੋਦੀ ਸਾਹਿਬ ਨੂੰ ਲੈ ਕੇ ਆਓ ਉਹ ਸਮਝਦੇ ਆ ਮੋਦੀ ਜੀ ਪ੍ਰਧਾਨ ਮੰਤਰੀ ਹਰੇਕ ਜਗ੍ਹਾ ਨਹੀਂ ਪਹੁੰਚ ਸਕਦੇ ਫਿਰ ਕਹਿੰਦੇ ਅਮਿਤ ਸ਼ਾਹ ਜੀ ਨੂੰ ਲੈ ਕੇ ਆਓ ਫਿਰ ਗੱਲ ਆ ਜਾਂਦੀ ਯੋਗੀ ਜੀ ਨੂੰ ਲੈ ਕੇ ਆਓ ਇਹ ਤਿੰਨ ਬੰਦੇ ਕੋਈ ਸ਼ਖਸੀਅਤਾਂ ਜਾਂ ਬੀਜੇਪੀ ਦੇ ਲੀਡਰ ਨਹੀਂ ਸਾਹਿਬ ਇਹਨਾਂ ਲੋਕਾਂ ਨੂੰ ਅਗਰ ਦੇਖੋ ਦੇ ਆਰ ਸਿੰਬਲ ਆਫ ਲਾਅ ਐਂਡ ਆਰਡਰ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਦਾ ਇੱਕ ਰੂਪ ਬਣ ਗਏ ਸਾਹਿਬ ਵੀ ਇਹ ਕਿਹੜੇ ਡਿਸੀਜਨ ਲੈਂਦੇ ਆ ਤੇ ਆ ਜਿਹੜੀ ਗੁੰਡਾਗਰਦੀ ਜਿਹੜੀ ਜੋ ਜਿਸ ਵਾਸਤੇ ਯੂਪੀ ਬਿਹਾਰ ਬਦਨਾਮ ਸੀ ਨਿਬੇੜਤਾ ਜੀ ਉਹਨਾਂ ਨੇ ਸਿਰੋਂ ਹਰੇਕ ਬੰਦਾ ਕਹਿ ਰਿਹਾ ਵੀ ਸਾਡੇ ਯੋਗੀ ਜੀ ਨੂੰ ਲੈ ਕੇ ਆਓ ਜੀ ਕਿਉਂ ਕੱਲ ਤਾਂ ਕਹਿੰਦੇ ਸੀ ਇੱਕ ਪਾਸੇ ਤਾਂ ਕਹਿੰਦੇ ਆ ਯੋਗੀ ਦੇ ਅਸੀਂ ਉਹਨਾਂ ਬੰਦਿਆਂ ਨੂੰ ਇੱਥੇ ਬਈਏ ਕਹਿ ਕੇ ਪੁਕਾਰਦੇ ਆ ਯੂਪੀ ਦੇ ਬਿਹਾਰਾਂ ਨੂੰ ਦੂਜੇ ਪਾਸੇ ਕਹਿੰਦੇ ਯੋਗੀ ਜੀ ਨੂੰ ਲੈ ਕੇ ਆਓ ਕਿਉਂਕਿ ਲਾਅ ਐਂਡ ਆਰਡਰ ਦੀ ਪੋਜੀਸ਼ਨ ਉੱਥੇ ਬਹੁਤ ਮਾੜੀ ਸੀ ਉਹ ਇਸਟੈਬਲਿਸ਼ ਕਰਤੀ ਜੀ ਆਹ ਸਭ ਤੋਂ ਵੱਡੀ ਮੰਗ ਹੈ ਇੱਕ ਮਿੰਟ ਸ਼ਰਮਾ ਜੀ ਅੱਜ ਦੇ ਦਿਨ ਪੰਜਾਬ ਦੇ ਅੰਦਰ ਸਾਰੇ ਵਪਾਰੀ ਸਾਥੀ ਵੀ ਬੈਠੇ ਆ ਹੱਬ ਸੀਗਾ ਅੰਮ੍ਰਿਤਸਰ ਸ਼ਹਿਰ ਸ਼ਾਹ ਅੱਜ ਇੱਥੇ ਨਸ਼ੇ ਦੀ ਫਿਰੌਤੀਆਂ ਡਰੱਗਸ ਸਾਰਾ ਤੁਹਾਡਾ ਸ਼ਰਾਬ ਮਾਫੀਆ ਲੈਂਡ ਮਾਫੀਆ ਐਨ ਆਰ ਆਈ ਸਾਥੀ ਇੱਥੇ ਕੁੱਟੇ ਗਏ ਵਿਆਹ ਕਰਾਉਣ ਆਏ ਸੀ ਉਹ ਦੁਹਾਈ ਦੇ ਰਹੇ ਵੀ ਮੁੜ ਕੇ ਮੈਂ ਆਪਣੇ ਐਨ ਆਰ ਆਈ ਸਾਥੀਆਂ ਨੂੰ ਕਹੂੰਗਾ ਵੀ ਇੱਥੇ ਵਿਆਹ ਕਰਾਉਣ ਪੰਜਾਬ ਨਾ ਆਇਓ ਇੱਥੇ ਤਾਂ ਸ਼ਰਾਬ ਮਾਫੀਆ ਵਾਲੇ ਕੁੱਟਦੇ ਆ ਉਹਨਾਂ ਲੋਕਾਂ ਦੇ ਚੱਲਦੇ ਅੱਜ ਲੋਕਾਂ ਦੇ ਇੱਕ ਭੈ ਅਤੇ ਇੱਕ ਤਾਜ਼ਾ ਜਿਹੜਾ ਹੁਣ ਭੈ ਲੋਕਾਂ ਦੇ ਅੰਦਰ ਵੜਿਆ ਦੇਖੋ ਹੁਣ ਤਾਂ ਹੀ ਤਾਂ ਅਸੀਂ ਕਹਿੰਦੇ ਸੀ ਵੀ ਕਾਨੂੰਨ ਵਿਵਸਥਾ ਅਮਨ ਸ਼ਾਂਤੀ ਵਾਸਤੇ ਬੀਜੇਪੀ ਨੂੰ ਵੋਟ ਪਾਓ ਪਰ ਜਦੋਂ ਤੋਂ ਪਿਛਲੇ 2-3 ਦਿਨਾਂ ਤੋਂ ਇੱਕ ਵੀਡੀਓ ਜੀ ਤੁਰੀ ਫਿਰਦੀ ਹੈ ਸਾਹਿਬ ਅੱਜ ਦੇ ਬਾਅਦ ਸਾਡੀ ਇੱਜ਼ਤ ਨੂੰ ਵੀ ਹੱਥ ਪਾਉਣ ਲੱਗੇ ਸਾਹਿਬ ਬੱਚੀਆਂ ਸਾਡੀ ਇੱਜ਼ਤ ਜਿਹੜੇ ਬੱਚੇ ਸਾਡੇ ਹੈ ਉਹ ਚਾਹੇ ਗਰੀਬ ਦੇ ਹੈ ਚਾਹੇ ਅਮੀਰ ਦੇ ਹੈ ਕਿਸੇ ਦੇ ਹੈ ਉਹਨਾਂ ਦੀ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਹੈ ਇਹ ਨੌਕਰੀ ਦੇ ਬਹਾਨੇ ਦੇ ਆਰ ਐਕਸਪਲੋਇਟਿੰਗ ਪੀਪਲ ਸਾਹਿਬ ਉਹਨਾਂ ਦੀ ਡਿਗਨਿਟੀ ਉਹਨਾਂ ਦੇ ਤੁਸੀਂ ਇੱਜ਼ਤ ਨੂੰ ਹੱਥ ਪਾ ਰਹੇ ਹੋ ਸ਼ਰਮਾਣੀ ਚਾਹੀਦੀ ਹੈ ਮੈਂ ਸਮਝਦਾ ਸੋਰੀ ਤੁਸੀਂ ਨਸ਼ੇ ਦਾ ਜ਼ਿਕਰ ਕੀਤਾ ਆਮ ਆਦਮੀ ਪਾਰਟੀ ਨੇ ਤਾਂ ਡੈਡਲਾਈਨ ਵੀ ਦਿੱਤੀ ਕਿ 31 ਦਸੰਬਰ ਤੱਕ ਪੰਜਾਬ ਦੇ ਵਿੱਚ ਨਸ਼ਾ ਸੀ ਪੂਰਨ ਤੌਰ ਤੇ ਬੰਦ ਕਰ ਦਿਆਂਗੇ ਉਹ ਤਾਂ ਮਹੀਨੇ ਦਾ ਕਹਿ ਰਹੇ ਸੀ ਸਾਹਿਬ ਮੈਨੂੰ ਨਾ ਆ ਸ਼ਰਮਾ ਜੀ ਸਵਾਲ ਮੈਨੂੰ ਨਾ ਪੁੱਛ ਕੇ ਜਾ ਕੇ ਆਪਣੇ ਇਹਨਾਂ ਦੇ ਆਪ ਦੇ MLA ਸਾਹਿਬ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਪੁੱਛੋ ਵੀ ਕੀ ਹਾਲ ਹੋ ਰਿਹਾ ਉਹ ਰੋਜ਼ ਕਹਿੰਦੇ ਮੈਂ ਟੈਲੀਫੋਨ ਕਰਦਾ ਮੇਰਾ ਕਮਿਸ਼ਨਰ ਟੈਲੀਫੋਨ ਹੀ ਨਹੀਂ ਚੱਕਦਾ ਉਹਨਾਂ ਨੇ ਵਿਧਾਨ ਸਭਾ 'ਚ ਕਿਹਾ ਮੈਨੂੰ ਖੜੇ ਹੋ ਕੇ ਬੋਲ ਲੈਣ ਦੇ ਭਗਵੰਤ ਮਾਨ ਜੀ ਉਹਨਾਂ ਨੂੰ ਬੋਲਣ ਨਹੀਂ ਦੇਦੇ ਮੈਂ ਆਪਣੇ ਮੂੰਹ ਨਾਲ ਕਹਾਂ ਦੇਖੋ ਮੈਂ ਅੱਜ ਫੋਟੋ ਨਹੀਂ ਲੈ ਕੇ ਆਇਆ ਇਹਨਾਂ ਨੇ ਭਗਵੰਤ ਮਾਨ ਜੀ ਨੇ ਨਸ਼ੇ ਦੇ ਖਿਲਾਫ ਕੀਤਾ ਕੀ ਹੈ ਮੈਂ ਐਗਜ਼ੈਕਟ ਐਗਜ਼ਾਮਪਲ ਨਾਲ ਤੁਹਾਨੂੰ ਦੱਸੂਗਾ ਇਹਨਾਂ ਨੇ ਜੀ ਇੱਕ ਦਿਨ ਹਰਿਮੰਦਰ ਸਾਹਿਬ ਦੇ ਅੰਦਰ ਸਕੂਲੀ ਬੱਚੇ ਬੁਲਾ ਕੇ 25,000 ਉੱਥੇ ਬਿਠਾ ਤੇ ਸਾਹਿਬ ਉਹਦੇ ਨਾਲ ਨਸ਼ਾ ਖਤਮ ਹੁੰਦਾ ਸਾਹਿਬ ਦੂਜਾ ਕੰਮ ਕੀਤਾ ਠੀਕਰੇ ਪਹਿਰੇ ਪਿੰਡਾਂ 'ਚ ਲੱਗਣ ਲੱਗੇ ਫੋਟੋਗ੍ਰਾਫ ਦੇਖਿਓ ਤੁਸੀਂ ਉਦੋਂ ਦੀ 70-80 ਸਾਲ ਦੀ ਬਜ਼ੁਰਗ ਲੇਡੀਜ਼ ਉੱਥੇ ਸੋਟੀਆਂ ਪਕੜੀ ਬੈਠੀ ਹੈ ਸ਼ਾਇਦ ਸੋਟੀ ਪਤਾ ਨਹੀਂ ਡਰੱਗ ਸਮਗਲਰਾਂ ਵਾਸਤੇ ਸਹੀ ਹੈ ਉਹਦੇ ਸਹਾਰੇ ਚੱਲ ਕੇ ਉੱਥੇ ਆਈ ਹੈ ਇਸ ਤਰ੍ਹਾਂ ਡਰੱਗ ਰੋਕਿਆ ਜਾਂਦਾ ਸਾਹਿਬ ਯੂ ਨੀਡ ਅ ਵਿਲ ਰਿਜ਼ੋਲਵ ਟੂ ਫਾਈਟ ਦੈਟ ਥਿੰਗ ਮੋਟਾ ਪੈਸਾ ਇਨਵੋਲਵ ਹੈ ਸਾਹਿਬ ਤੇ ਉਹਦੇ ਵਾਸਤੇ ਆ ਜੋ ਕੁਝ ਹੋ ਰਿਹਾ ਬਹੁਤ ਹੀ ਖਤਰਨਾਕ ਹੋ ਰਿਹਾ ਪੰਜਾਬ ਵਾਸਤੇ ਇਹਨਾਂ ਦੇ ਬਸ ਦਾ ਰੋਗ ਨਹੀਂ ਅੰਮ੍ਰਿਤਸਰ ਦੇ ਵਿੱਚ ਜੇਕਰ ਨਸ਼ੇ ਦੇ ਨਾਲ ਨਾਲ ਅਸੀਂ ਕਿਉਂਕਿ ਭਾਰਤ ਪਾਕਿਸਤਾਨ ਬਾਰਡਰ ਬਿਲਕੁਲ ਸਾਡੇ ਨੇੜੇ ਹੈ ਤਾਂ
ਅਸੀਂ ਬਿਲਕੁਲ ਕਿਨਾਰੇ ਦੇ ਉੱਤੇ ਬੈਠੇ ਹਾਂ, ਪਰ ਇੱਥੇ ਇੱਕ ਜਿਹੜਾ ਸਭ ਤੋਂ ਵੱਡਾ ਇਸ ਵੇਲੇ ਮੁੱਦਾ ਹੈ ਕਿ ਭਾਰਤ ਪਾਕਿਸਤਾਨ ਵਿਚਾਲੇ ਜਿਹੜਾ ਵਪਾਰ ਚੱਲਦਾ ਸੀ, ਸਾਡੇ ਨਾਲ ਵਪਾਰੀ ਵੀ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਉਹਨੂੰ ਲੈ ਕੇ ਬੀਜੇਪੀ ਦਾ ਕੀ ਤਰਕ ਹੈ, ਕੀ ਵਿਜ਼ਨ ਹੈ, ਵਪਾਰ ਬੰਦ ਕਿਉਂ ਪਿਆ, ਔਰ ਜੇ ਸ਼ੁਰੂ ਹੋਏਗਾ ਤਾਂ ਕੀ ਹੁਣ ਉਹ ਕਿੰਨੀ ਕੁ ਆਸ ਰੱਖਣ ਜਿਹੜੇ ਵਪਾਰੀ ਨੇ ਇਸ ਮੁੱਦੇ ਨੂੰ? ਬੜੀ ਪ੍ਰਮੁੱਖਤਾ ਨਾਲ ਮੈਨੂੰ ਖੁਸ਼ੀ ਹੈ ਵੀ ਜੇ ਉੱਥੋਂ ਤਰਨਜੀਤ ਸਿੰਧੂ ਹੋਰਾਂ ਨੂੰ ਲੈ ਕੇ ਆਏ ਹੈ, ਉਹਨੂੰ ਉਸ ਗੱਲ ਦੀ ਪੂਰੀ ਇੱਕ ਡਿਪਲੋਮੈਟ ਹੋਣ ਦੇ ਨਾਤੇ, ਅਮਰੀਕਾ ਦੇ ਨਾਲ ਟ੍ਰੇਡ ਸੰਬੰਧ ਜਿਹੜੇ ਸਾਡੇ ਮਜ਼ਬੂਤ ਹੈ, ਉਹਨਾਂ ਨੇ ਇਸ ਗੱਲ 'ਤੇ ਵਿਸਤਾਰ 'ਤੇ ਲੋਕਾਂ ਨੂੰ ਭਰੋਸਾ ਦਿੱਤਾ ਵੀ ਕਿਸ ਤਰ੍ਹਾਂ ਹੀ ਇਜ਼ ਅ ਡਿਪਲੋਮੈਟ ਸਾਹਿਬ। ਡਿਪਲੋਮੈਸੀ ਜਿਹੜੀ ਹੈ ਅਲੋਂਗ ਵਿਦ ਆਵਰ ਸਟਰੈਂਥ, ਜਿਹੜੀ ਕਹਿੰਦੇ ਦੁਨੀਆ ਮੰਦੀ ਜ਼ੋਰਾਂ ਨੂੰ ਲਖ ਲਾਨਤ ਕਮਜ਼ੋਰਾਂ ਨੂੰ ਸਾਹਿਬ, ਕੋਈ ਤੁਸੀਂ ਵੈਨ ਯੂ ਟਾਕ ਫਰੋਮ ਅ ਪੋਜੀਸ਼ਨ ਆਫ ਸਟਰੈਂਥ, ਅੱਜ ਪਾਕਿਸਤਾਨ ਦਾ ਥੱਲਾ ਹਿਲਿਆ ਪਿਆ ਸਾਹਿਬ, ਰੋਟੀਆਂ ਨੂੰ ਮੁਹਤਾਜ ਆ, ਦਾਣੇ ਦਾਣੇ ਨੂੰ ਲੜੀ ਜਾਂਦੇ ਆ, ਇਹਨਾਂ ਹਾਲਾਤਾਂ 'ਚ ਉਹਨਾਂ ਨੂੰ ਵੀ ਆਪਣਾ ਨਜ਼ਰੀਆ ਬਦਲਣਾ ਪਊਗਾ। ਅੱਜ ਵੀ ਮੈਂ ਦੇਖ ਰਿਹਾ ਸੀ ਸ਼ਰੀਫ ਸਾਹਿਬ ਦੇ ਬਿਆਨ ਆਏ ਆ ਵੀ ਸਾਡੇ ਤੋਂ ਕਾਰਗਿਲ ਦੀ ਗਲਤੀ ਮੰਨ ਰਹੇ ਹੈ। ਸੋ ਮੈਨੂੰ ਲੱਗਦਾ ਹੈ ਪਟੜੀ ਲੀ ਜਿਹੜੀ ਹੈ ਟ੍ਰੇਨ ਹੈ ਲੀ 'ਤੇ ਆਊਗੀ, ਸਾਡਾ ਵਪਾਰ ਖੁੱਲ੍ਹਣਾ ਚਾਹੀਦਾ ਹੈ, ਪਰ ਉਹਦੇ ਨਾਲ ਨਾਲ ਕਈ ਮੁੱਦੇ ਜੁੜੇ ਹੋਏ ਹੈ ਸਾਡੇ, ਜਿਸ ਤਰ੍ਹਾਂ ਕਈ ਡਿਮਾਂਡਸ ਉੱਠ ਰਹੀਆਂ, ਪਰ ਟ੍ਰੇਡ ਹੀ ਅੰਮ੍ਰਿਤਸਰ ਸ਼ਹਿਰ ਦੀ, ਗੁਰੂ ਨਗਰੀ ਦੀ ਜਿਹੜੀ ਪਹਿਲੀ ਸ਼ਾਨ ਸ਼ੌਕਤ ਸੀਗੀ ਇੱਥੇ, ਜੋ ਟ੍ਰੇਡ ਸਭ ਤੋਂ ਵੱਡਾ ਹੈ, ਉਹਨੂੰ ਵਧਾਵਾ ਦੇਣ ਵਾਸਤੇ ਹਰ ਸੰਭਵ ਪ੍ਰਯਾਸ ਤਰਨਜੀਤ ਜੀ ਵੀ ਕਰਨਗੇ, ਬੀਜੇਪੀ ਵੀ ਕਰੂਗੀ, ਅਤੇ ਪ੍ਰਧਾਨ ਮੰਤਰੀ ਦਾ ਵੀ ਇੱਕੋ ਏਜੰਡਾ ਹੈ, ਵਿਕਸਿਤ ਭਾਰਤ ਅਤੇ ਵਿਕਸਿਤ ਪੰਜਾਬ, ਉਹਦੇ ਵਾਸਤੇ ਇੱਕੋ ਹੀ ਤਰੀਕਾ ਹੈ ਸਾਹਿਬ, ਟ੍ਰੇਡ ਅਤੇ ਇੰਡਸਟਰੀ ਨੂੰ ਹੋਰ ਆਪਾਂ, ਕਿਉਂਕਿ ਐਗਰੀਕਲਚਰ 'ਚ ਆਪਾਂ ਵੀ ਹੈ ਰੀਚਡ ਲਿਮਿਟ ਸਾਹਿਬ, ਪਲੈਟੋ 'ਤੇ ਪਹੁੰਚ ਗਏ, ਹੁਣ ਧਰਤੀ 'ਚੋਂ ਕੋਈ ਕੱਢ ਨਹੀਂ ਸਕਦੇ, ਹੁਣ ਤਾਂ ਕਿਸਾਨ ਦਾ ਖੂਨ ਪਸੀਨਾ ਹੈ ਜਾਂ ਖਾਦ ਹੈ, ਬਾਕੀ ਜ਼ਮੀਨ ਦੀ ਔਰਗੈਨਿਕ ਜਿਹੜੀ ਆਪਾਂ ਉਹਦੀ ਸਟਰੈਂਥ ਸੀ ਉਹ ਖਤਮ ਕਰਤੀ, ਔਰਗੈਨਿਕ ਮਟੀਰੀਅਲ ਖਤਮ ਕਰਤਾ, ਹੁਣ ਤਾਂ ਜਿੰਨੀ ਖਾਦ ਪਾ ਲੈਂਦੇ ਹਾਂ ਜਿੰਨਾ ਪਸੀਨਾ ਪਾ ਲੈਂਦੇ ਹਾਂ। ਪਰ ਮੈਂ ਤਰਨਜੀਤ ਸੰਧੂ ਵੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੀ ਆਮਦਨ ਜਿਹੜੀ ਆ ਉਹ ਵਧਾਵਾਂਗੇ, ਪਰ ਕਿਸਾਨ ਉਹਨਾਂ ਦੇ ਘਰ ਦਾ ਘਿਰਾਓ ਕਰਦੇ ਨੇ, ਉਹ ਕਹਿੰਦੇ ਵੀ ਇਹ ਜਿਹੜੀਆਂ ਸਭ ਹੈ ਸਬਜ਼ ਬਾਗ ਨੇ, ਕੋਈ ਇਹਨਾਂ ਨੇ ਆਮਦਨ ਨਹੀਂ ਵਧਾਉਣੀ, ਇਹਨਾਂ ਨੇ ਜਦੋਂ ਜਿੱਤਣਾ, ਜਿੱਤਣ ਤੋਂ ਬਾਅਦ ਜਹਾਜ਼ ਪੜਨਾ ਤੇ ਅਮਰੀਕਾ ਚਲੇ ਜਾਣਾ। ਚਲੋ ਨਹੀਂ, ਉਹਨਾਂ ਨੇ ਤਾਂ ਕਿਤੇ ਨਹੀਂ ਜਾਣਾ, ਮੋਦੀ ਸਾਹਿਬ ਤਾਂ ਇੱਥੇ ਹੀ ਹੈ, ਕਿਉਂਕਿ ਤੁਸੀਂ ਦੇਖੋ ਆਮਦਨ ਵਧਾਉਣ ਦਾ ਤਰੀਕਾ, ਇੱਕ ਤਾਂ ਡਾਇਰੈਕਟ ਮਨੀ ਟ੍ਰਾਂਸਫਰ ਸਾਹਿਬ, 6,000 ਰੁਪਇਆ ਹਰੇਕ ਕਿਸਾਨ ਦੇ ਖਾਤੇ 'ਚ ਕਿਸਾਨ ਸਨਮਾਨ ਨਿਧੀ ਦੇ ਤਹਿਤ ਪ੍ਰਧਾਨ ਮੰਤਰੀ ਨੇ ਪਾਏ ਹੈ, ਪੂਰੇ ਹਿੰਦੁਸਤਾਨ ਦੇ ਅੰਦਰ 10 ਕਰੋੜ ਲੋਕਾਂ ਦੇ ਕਿਸਾਨਾਂ ਦੇ ਖਾਤਿਆਂ 'ਚ 60,000 ਕਰੋੜ ਰੁਪਇਆ ਸਾਲਾਨਾ ਜਾ ਰਿਹਾ ਸਾਹਿਬ। ਪੰਜਾਬ ਦੇ ਅੰਦਰ ਜਿਸ ਦਿਨ ਆ ਸਕੀਮ ਲਾਗੂ ਹੋਈ ਉਸ ਦਿਨ 23 ਲੱਖ ਕਿਸਾਨ ਰਜਿਸਟਰ ਹੋਏ, 1 ਸਾਲ ਦੇ ਅੰਦਰ ਉਹਨਾਂ ਨੂੰ ਜਿਹੜੀਆਂ ਕਿਸ਼ਤਾਂ ਆਉਣੀ ਸੀ 3 ਕਿਸ਼ਤਾਂ ਆਈਆਂ ਅਤੇ ਕਿਸੇ ਨੂੰ 4 ਆਈਆਂ, ਉਹਦੇ ਬਾਅਦ ਜਦੋਂ ਪਤਾ ਲੱਗਿਆ ਵੀ ਇਹਦੇ ਵਿੱਚ ਜਿਹੜੇ ਲੋਕਾਂ ਨੂੰ ਸਰਕਾਰੀ ਨੌਕਰੀ 'ਚ ਹੈ, ਜਿਨ੍ਹਾਂ ਨੂੰ ਸਰਕਾਰੀ ਪੈਨਸ਼ਨ ਮਿਲ ਰਹੀ ਹੈ, ਵੀ ਉਹਨਾਂ ਨੂੰ ਦੇ ਆਰ ਨੋਟ ਐਲੀਜੀਬਲ, ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਲੈ ਲਓ ਟੂ ਐਸਟੈਬਲਿਸ਼, ਉਹਨਾਂ ਨੂੰ ਕਰਨ ਆਈਡੈਂਟੀਫਾਈ ਕਰਨ ਵਾਸਤੇ ਸਰਕਾਰ ਨੇ ਕਿਹਾ ਵੀ ਆਪਣਾ ਆਧਾਰ ਕਾਰਡ ਜਿਹੜਾ ਉਹ ਬੈਂਕ ਅਕਾਊਂਟ ਨਾਲ ਜੋੜ ਦਿਓ ਤਾਂ ਕਿ ਪੈਸਾ ਸਿੱਧਾ ਤੁਹਾਡੇ ਖਾਤੇ 'ਚ ਆ ਸਕੇ। ਕਿੱਡਾ ਕੁ ਮੁਸ਼ਕਿਲ ਕੰਮ ਸੀਗਾ, ਉਹਦੇ ਕਰਕੇ ਅੱਜ 23 ਲੱਖ 'ਚੋਂ ਅੱਜ ਦੇ ਦਿਨ ਸਾਹਿਬ 8.5 ਲੱਖ ਕਿਸਾਨਾਂ ਨੂੰ 6,000 ਰੁਪਏ ਮਹੀਨਾ ਆ ਰਿਹਾ, ਕਰੀਬਨ 15 ਲੱਖ ਕਿਸਾਨ ਉਸ 6,000 ਤੋਂ ਵਾਂਝੇ ਪਿਛਲੇ 4 ਸਾਲ ਤੋਂ। ਕਿਸੇ ਕਿਸਾਨ ਜਥੇਬੰਦੀ ਜਿਹੜੀ ਕਹਿ ਰਹੀ ਹੈ ਕਿਸਾਨਾਂ ਦੀ ਝੂਠ ਬੋਲ ਰਿਹਾ, ਕਿਸੇ ਕਿਸਾਨ ਜਥੇਬੰਦੀ ਨੇ ਕੋਸ਼ਿਸ਼ ਨਹੀਂ ਕੀਤੀ ਵੀ ਕਿਸਾਨਾਂ ਦੇ ਉਹ ਕਾਰਡ KYC ਬਣਵਾ ਦੇਈਏ, ਕਿਸੇ ਨੇ ਕਾਂਗਰਸ ਨੇ ਇਹ ਗੱਲ ਕਿਤੇ ਨਹੀਂ ਚੱਕੀ ਸਾਹਿਬ, ਦੁਹਾਈ ਦੇ 900 ਕਰੋੜ ਰੁਪਇਆ ਸਾਲਾਨਾ ਨਿਰਪਿੰਦਰ ਜੀ, ਛੋਟੀ ਰਕਮ ਨਹੀਂ, ਅਗਰ 5 ਸਾਲਾਂ ਦਾ ਤੁਸੀਂ ਜੋੜ ਲਓ 4-5 ਸਾਲਾਂ ਦਾ, ਕਰੀਬਨ 4,500 ਕਰੋੜ ਰੁਪਇਆ ਸਰਕਾਰ ਦੀ ਨਲਾਇਕੀ ਕਰਕੇ ਕਿਸਾਨਾਂ ਨੂੰ ਨਹੀਂ ਮਿਲ ਰਿਹਾ। ਕਿਸਾਨਾਂ ਨੂੰ ਕੀ ਚਾਹੀਦਾ, MSP ਮਿਲ ਰਹੀ ਹੈ ਸਾਹਿਬ, 10 ਸਾਲ ਤੋਂ 1-1 ਦਾਣਾ ਚੱਕਿਆ ਗਿਆ, ਝੋਨੇ ਦਾ ਕਣਕ ਦਾ ਕੋਈ ਨਹੀਂ ਛੱਡਿਆ ਸਾਹਿਬ, ਪਰ ਕਿਸਾਨ ਦਾ ਦੁੱਖ ਅਜੇ ਨਹੀਂ ਨਿਪਟਿਆ ਸਾਹਿਬ। ਮੈਂ ਮੰਨਦਾ ਕਿਸਾਨ ਦੁਖੀ ਹੈ, ਪਰ ਉਸ ਦੁਖੀ ਦੇ ਉੱਤੇ ਕਈਆਂ ਨੇ ਦੁਕਾਨਾਂ ਚਲਾ ਰੱਖੀਆਂ। ਕਿਸਾਨ ਨੂੰ ਚਾਹੀਦਾ ਸਾਹਿਬ ਅੱਜ ਡੇਅਰੀ, ਐਨੀਮਲ ਹਸਬੈਂਡਰੀ, ਫਿਸ਼ਰੀ, ਉਹਦੇ ਨਾਲ ਜਿਹੜਾ ਹੁਣ ਸੀਡ ਪ੍ਰੋਡਕਸ਼ਨ 'ਚ ਅਸੀਂ ਜਾਈਏ, ਵੈਲਿਊ ਐਡੀਸ਼ਨ ਜਿਹੜੀ ਕਰਨੀ ਪਊਗੀ ਸਾਹਿਬ, ਇਹ ਗੱਲਾਂ ਕੋਈ ਕਰਦਾ ਨਹੀਂ। ਜਿਹੜਾ
ਫਿਰ ਮੈਂ ਉਹੀ ਕਹੂੰਗਾ ਸਭ ਗੁਰਦਾਸ ਆਲਮ ਸਾਡੇ ਪੁਰਾਣੇ ਬਹੁਤ ਕਵੀ ਮਸ਼ਹੂਰ ਕਵੀ ਹੋਏ ਹੈ ਉਹਨਾਂ ਨੇ ਕਿਹਾ ਸੀ ਬਿਮਾਰੀ ਹੋਰ ਹੈ ਮੈਨੂੰ ਬਿਮਾਰੀ ਹੋਰ ਹੈ ਮੈਨੂੰ ਸਿਆਣੇ ਹੋਰ ਦੱਸਦੇ ਨੇ ਪੰਡਿਤ ਕੁਛ ਹੋਰ ਦੱਸਦੇ ਨੇ ਮੁੱਲਾਂ ਨੇ ਕੁਛ ਹੋਰ ਦੱਸਦੇ ਨੇ ਬਿਮਾਰੀ ਕਿਸਾਨ ਦੀ MSP ਨਹੀਂ MSP ਤਾਂ ਮਿਲ ਰਹੀ ਹੈ ਬਿਮਾਰੀ ਉਹਦੀ ਫਿਰ ਵੀ ਦੂਰ ਨਹੀਂ ਹੁੰਦੀ ਉਹਦੀ ਇਨਕਮ ਵਧਾਉਣ ਦੀ ਲੋੜ ਹੈ ਸਭ ਚਾਹੇ ਡਾਇਰੈਕਟ ਮਨੀ ਟ੍ਰਾਂਸਫਰ ਚਾਹੇ ਉਹਨੂੰ ਡੇਅਰੀ ਨੇ ਗੁਜਰਾਤ ਦਾ ਨੁਹਾਰ ਬਦਲਤਾ ਸਭ ਅਮੁਲ ਡੇਅਰੀ ਸਾਰੇ ਜਾਣਦੇ ਆ ਇਕੱਲੇ ਡੇਅਰੀ ਸੈਕਟਰ ਦੀ ਹਿੰਦੁਸਤਾਨ ਦੀ ਡੇਅਰੀ ਦੀ ਟੋਟਲ ਤੁਸੀਂ ਟਰਨਓਵਰ ਲਓ ਨਾ ਸਭ ਪੂਰੀ 23 ਫਸਲਾਂ ਜਿਨ੍ਹਾਂ ਦੀ ਗੱਲ ਕਰ ਰਹੇ ਆ ਕਿਸਾਨ ਵੀ ਗਰੰਟੀ ਦੇ ਉਹਦੇ ਨਾਲੋਂ ਇਕੱਲੇ ਡੇਅਰੀ ਦੀ ਜ਼ਿਆਦਾ ਹੈ ਸਭ ਅੱਜ ਸਾਨੂੰ ਅੱਗੇ ਲੈ ਕੇ ਜਾਣਾ ਸਾਹਿਬ ਜੇ ਕੱਲ ਇੱਥੇ ਪਾਣੀ ਖਤਮ ਹੋ ਗਿਆ ਫਿਰ ਕਾਹਦੇ ਤੇ ਲਾਉਂਗੇ MSP ਨਾ ਰਹੇਗਾ ਬਾਂਸ ਨਾ ਵਜੇਗੀ ਬਾਂਸੜੀ ਨਿਰਪਿੰਦਰ ਜੀ ਫਿਰ ਕਿਹਦੇ ਤੇ ਲਾਉਂਗੇ ਇਸ ਕਰਕੇ ਅੱਜ ਸਾਨੂੰ ਤਿਆਰੀ ਕਰਨੀ ਪਊਗੀ ਹਾਂ ਨਿਰਪਿੰਦਰ ਜੀ ਜਗਦਰ ਤੁਸੀਂ ਆਪ ਇੱਕ ਕਿਸਾਨ ਹੋ ਤੁਸੀਂ ਜਿੰਨੀਆਂ ਗੱਲਾਂ ਕਰਦੇ ਹੋ ਇਹ ਗੱਲਾਂ ਸੁਣ ਕੇ ਤਾਂ ਲੱਗਦਾ ਵੀ ਬੜੇ ਫਿਕਰਮੰਦ ਹੋ ਪਰ ਜੇ ਤੁਸੀਂ ਇੰਨੇ ਫਿਕਰਮੰਦ ਹੋ ਤਾਂ ਕਿਸਾਨਾਂ ਨੂੰ ਕਿਉਂ ਨਹੀਂ ਸਮਝਾ ਪਾਏ ਕਿਸਾਨ ਫਿਰ ਉੱਥੇ ਸ਼ੰਭੂ ਤੇ ਕਨੌਰੀ ਤੇ ਧਰਨਾ ਕਿਉਂ ਲੱਗਾ ਕਿਉਂ ਉੱਥੇ ਪੁਲਿਸ ਦੇ ਨਾਲ ਹਰਿਆਣੇ ਬਾਰਡਰ ਤੇ ਟਕਰਾਅ ਪੈਦਾ ਹੁੰਦਾ ਮੈਂ ਤੁਹਾਨੂੰ ਕਿਹਾ ਕਿਸਾਨ ਦੇ ਦਰਦ ਹੈ ਸਾਹਿਬ ਰੈਜ਼ੀਡੂਅਲ ਜਿਹੜੀ ਐਂਗੁਇਸ਼ ਉਹਦੀ ਹੈ ਜਦੋਂ ਇੱਕ ਸਾਲ ਬਾਰਡਰ ਤੇ ਬੈਠਾ ਰਿਹਾ ਉਦੋਂ ਜੋ ਕਿਸਾਨਾਂ ਦੀ ਜਾਨਾਂ ਗਈਆਂ ਉਹਦਾ ਦੁੱਖ ਅਜੇ ਵੀ ਹੈ ਸਾਹਿਬ ਦਰਦ ਹੈ ਕੋਈ ਨੂੰ ਫਿਰ ਦੁਬਾਰਾ ਕਿਉਂ ਬੈਠਣਾ ਪਿਆ ਤੁਸੀਂ ਉਸ ਚੀਜ਼ ਨੂੰ ਕਿਉਂ ਮਸਲੇ ਦਾ ਹੱਲ ਕਿਉਂ ਨਹੀਂ ਕਰ ਪਾਏ ਹੱਲ ਤਾਂ ਮੈਂ ਕਹਿੰਦਾ MSP ਪ੍ਰੋਬਲਮ ਹੀ ਨਹੀਂ ਸਾਹਿਬ ਉਦੋਂ ਖਦਸਾ ਨਰਪਿੰਦਰ ਜੀ ਆ ਸੀਗਾ ਵੀ MSP ਖਤਮ ਹੋਣ ਲੱਗੀ ਹੈ MSP ਤਾਂ ਮਿਲ ਰਹੀ ਹੈ ਸਾਹਿਬ ਉਦੋਂ ਇਹਦੇ ਬੈਕਗ੍ਰਾਉਂਡ ਬਹੁਤ ਲੰਬੀ ਨਿਰਪਿੰਦਰ ਜੀ ਟਾਈਮ ਤੁਹਾਡੇ ਕੋਲ ਥੋੜਾ ਹੈ ਉਸ ਸਾਲ ਜਦੋਂ ਆਇਆ ਕਾਨੂੰਨ ਆਇਆ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਵਾਜ਼ ਮੈਂ ਚੱਕੀ ਸੀ ਉਹਦੇ ਖਿਲਾਫ਼ ਕਿਉਂ ਪਹਿਲਾਂ 75,000 ਕਰੋੜ ਰੁਪਏ FCI ਦੇ ਐਲੋਕੇਸ਼ਨ ਘੱਟ ਕਰਤੀ FCI ਤੇ ਉਸ ਸਾਲ 3.5 ਲੱਖ ਕਰੋੜ ਦਾ ਕਰਜ਼ਾ ਸੀਗਾ ਤੇ ਜਦੋਂ 75,000 ਕਟਾਈ ਮੈਂ ਸਭ ਤੋਂ ਪਹਿਲਾਂ ਰਾਜੇਵਾਲ ਤੇ ਇਹਨਾਂ ਦੇ ਸੰਮੇਲਨ ਜਿਹੇ ਚ ਗਿਆ ਸੀਗਾ ਉਹ ਮੈਂ ਕਿਹਾ ਤੁਸੀਂ ਕਿਹੜੇ ਪਾਸੇ ਤੁਰੇ ਫਿਰਦੇ ਹੋ ਉਹ ਕਟਾਈ ਜਾ ਰਹੇ ਉੱਥੇ ਤੇ ਇਹਨਾਂ ਨੇ ਪਰਚੇਜ਼ ਖਤਮ ਘੱਟ ਕਰਨਗੇ ਕਿਉਂਕਿ ਪੈਸੇ ਹੈ ਨਹੀਂ FSCI ਖਰੀਦੂਗੀ ਕਿੱਥੋਂ ਤੇ ਉਹਦੇ 3-4 ਮਹੀਨਿਆਂ ਬਾਅਦ ਹੀ ਉਹ 3 ਕਾਨੂੰਨ ਆ ਗਏ ਮੈਂ ਇਹ ਦੋਨੋਂ ਡੋਟਸ ਜੋੜ ਕੇ ਮੈਂ ਕਿਹਾ ਮੈਨੂੰ ਲੱਗਦਾ MSP ਗਈ ਤੇ MSP ਕਿਤੇ ਨਹੀਂ ਗਈ ਕਾਨੂੰਨ ਵਾਪਸ ਗਏ ਤੇ ਮੈਂ ਕਿਸਾਨਾਂ ਨੂੰ ਦੇਖੋ ਮੈਂ ਐਜ਼ ਅ BJP ਨਹੀਂ ਸਭ ਮੈਂ ਪਹਿਲਾਂ ਕਿਸਾਨ ਹਾਂ ਮੈਂ ਆਪਣੇ ਕਿਸਾਨ ਦੇ ਤੌਰ ਤੇ ਕਹਿ ਰਿਹਾ ਕੱਲ ਜੇ ਮੈਨੂੰ ਐਂ ਲੱਗੂਗਾ ਨਾ ਵੀ ਕਿਸਾਨ ਦੀ ਆਮਦਨ ਵਧਾਏ ਬਗੈਰ MSP ਗਾਂਹ ਪਿਛਾਂ ਕਰਨ ਲੱਗੇ ਸਭ ਤੋਂ ਪਹਿਲਾਂ ਧਰਨੇ ਤੇ ਮੈਂ ਬੈਠੂੰਗਾ ਮੇਰੇ ਕੋਲ ਮੈਂ ਇਹਨਾਂ ਵਾਂਗੂ ਵੱਡੇ ਲੀਡਰ ਵਾਂਗੂ ਗਰੰਟੀਆਂ ਗਰੁੰਟੀਆਂ ਨਹੀਂ ਦਿੰਦਾ ਸਾਹਿਬ ਨਹੀਂ ਪਰ ਐਸੀ ਪਰ ਅੱਜ ਐਸੀ ਸਥਿਤੀ ਪੈਦਾ ਹੋ ਗਈ ਕਿ ਤੁਸੀਂ ਪੰਜਾਬ ਦੇ ਵਿੱਚ ਨਿਤਰੇ ਹੋ ਪਰ ਤੁਹਾਡਾ ਉਮੀਦਵਾਰ ਬਾਹਰ ਨਿਕਲਦਾ ਤਾਂ ਬਾਹਰ ਤੇ ਕਿਸਾਨ ਜਥੇਬੰਦੀਆਂ ਹਾਸਰਾ ਹੰਸ ਨੂੰ ਪੁੱਛ ਕੇ ਦੇਖ ਲਓ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਨੇ ਮੈਂ ਦਾਤ ਦਿੰਦਾ ਸਾਹਿਬ ਅਗਰ ਇਟਸ ਨਾਟ ਵੈਸੇ ਤਾਂ ਡੈਮੋਕ੍ਰੇਸੀ ਦਾ ਮੈਚ ਹੀ ਹੈ ਸਾਹਿਬ ਹੀ ਇਜ਼ ਦਾ ਮੈਨ ਆਫ ਦਾ ਮੈਚ ਸਾਹਿਬ ਹੰਸਰਾਜਨ ਸਭ ਕਲੀਅਰ ਮੈਂ ਅੱਜ ਕਹਿਣਾ ਚਾਹੁੰਦਾ ਇੰਨਾ ਜਿਗਰਾ ਉਸ ਆਦਮੀ ਦਾ ਇੰਨੀ ਨਿਮਰਤਾ ਉਸ ਆਦਮੀ ਚ ਤੁਸੀਂ ਕਿਸੇ ਨੂੰ ਮੈਨੂੰ 2 ਵਾਰੀ ਤੁਸੀਂ ਉੱਚਾ ਨੀਵਾਂ ਬੋਲੋਗੇ ਸ਼ਾਇਦ ਆਈ ਵਿਲ ਲੂਜ਼ ਮਾਈ ਪੇਸ਼ੈਂਸ ਉਸ ਬੰਦੇ ਦੀ ਮੈਂ ਕਹਿੰਦਾ ਉਹਨੇ ਕਮਾਲ ਕਰਤੀ ਸਾਹਿਬ ਉਹਨੇ ਲੋਕਾਂ ਚ ਵਿੱਚ ਕੇ ਉਹਨਾਂ ਦੀ ਗੱਲ ਸੁਣੀ ਹੈ ਉਹ ਜਿੰਨਾ ਨੀਵਾਂ ਹੁੰਦਾ ਉਹਨਾਂ ਦੇ ਸਾਹਮਣੇ ਉਨਾ ਹੀ ਉਹਦੇ ਸਿਰ ਚ ਜਾਂਦੇ ਸਭ ਇਹਦੇ ਕਰਕੇ ਮੈਂ ਸਮਝਦਾ ਵੀ ਇੱਕ ਬਹੁਤ ਹੀ ਅੱਖਾਂ ਖੁੱਲ ਜਾਣਗੀਆਂ ਨੇ ਲੀਡਰਾਂ ਦੀ ਕਿਸਾਨਾਂ ਦੀ ਨਹੀਂ ਸਾਹਿਬ ਇਹ ਕਿਸਾਨ ਦੇ ਨਾਮ ਤੇ ਜਿਹੜੇ ਅਖੌਤੀ ਲੀਡਰ ਬਣੇ ਹੋਏ ਨਾ ਇਹਨਾਂ ਦੇ ਤੁਸੀਂ ਦੇਖਿਓ ਬਣਦਾ ਕੀ ਹੈ ਤੁਸੀਂ ਜਦੋਂ ਕਿਸਾਨਾਂ ਦੀ ਗੱਲ ਕਰਦੇ ਹੋ ਕਿਸਾਨਾਂ ਨੂੰ ਲੈ ਕੇ ਫਿਕਰਮੰਦੀ ਜਤਾਉਣੇ ਹੋ ਨਾਲ ਹੀ ਤੁਸੀਂ ਕਹਿ ਦਿੰਦੇ ਹੋ ਕਿ ਕੁਝ ਲੋਕਾਂ ਨੇ ਦੁਕਾਨ ਖੋਲੀ ਹੈ ਤੁਸੀਂ ਜਥੇਬੰਦੀਆਂ ਨਾਲ ਪੰਗਾ ਲੈ ਲੈਂਦੇ ਹੋ ਮੈਂ ਪੰਗਾ ਨਹੀਂ ਲੈਂਦਾ ਸਾਹਿਬ ਮੈਂ ਵਪਾਰੀ ਸਾਥੀ ਬੈਠੇ ਸਭ ਕੱਲ ਮੈਂ ਸਾਥੀਓ ਦੱਸਣਾ ਚਾਹੂੰਗਾ ਸੀਤਾਰਮਨ ਜੀ ਉੱਥੇ ਆਏ ਸੀਗੇ ਫਾਈਨੈਂਸ ਮਿਨਿਸਟਰ ਲੁਧਿਆਣੇ ਦੇ ਅੰਦਰ ਸਭ ਟ੍ਰੇਡ ਇੰਡਸਟਰੀ ਨੇ ਆਪਣੀ ਆਪਣੀ ਪ੍ਰੋਬਲਮਸ ਦੱਸੀਆਂ ਉੱਥੇ ਇੱਕ ਲੇਡੀ ਕਾਫੀ ਮਚੋਰ ਏਜ ਦੇ ਸੀ ਖੜੇ ਹੋ ਕੇ ਤੇ ਮੈਂ ਕਿਹਾ ਤੁਸੀਂ ਦੱਸੋ ਭੈਣ ਜੀ ਉਹ ਆਪਣੀ ਗੱਲ ਦੱਸਣ ਲੱਗੇ ਉਹਨਾਂ ਨੇ ਵੀ ਮੈਨੂੰ ਅਵਾਰਡ ਮਿਲਿਆ ਸੀ ਐਜ਼ ਅ ਵੂਮਨ ਐਂਟਰਪ੍ਰੀਨਿਓਰ ਉਹ ਕਈ ਸਾਲ ਪਹਿਲਾਂ ਤੇ ਆਖਿਰ 'ਚ ਉਹ ਆਪਣੀ ਗੱਲ ਕਹਿ ਕੇ ਤੇ ਬੈਠਣ ਲੱਗੇ ਕਹਿੰਦਾ ਜੀ ਮੈਂ ਇੱਕ ਗੱਲ ਹੋਰ ਕਹਾਂ ਮੈਂ ਕਿਹਾ ਦੱਸੋ ਉਹਨਾਂ ਨੇ ਕਿਹਾ ਭੈਣ ਜੀ ਆ ਕਿਤੇ ਆ ਬੰਦ ਕਰਾਓ ਜੀ
ਸਾਡੇ ਬੜਾ ਨੁਕਸਾਨ ਹੋ ਰਿਹਾ, ਨਾ ਤਾਂ ਅਸੀਂ ਰੇਲਵੇਆਂ ਦੀ ਨਾ ਕੋਈ ਸੜਕ ਟੱਪ ਸਕਦੇ, ਉੱਥੇ ਧਰਨਾ ਲਾਈ ਬੈਠੇ ਆ, ਉਹਨਾਂ ਨੇ ਡਰ ਕੇ ਆ ਸਾਡੇ ਕਿਸਾਨ ਭਰਾ। ਮੈਂ ਕਿਹਾ ਪਲੀਜ਼, ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਵੀ ਆਹ ਜਿਹੜੇ ਰੇਲਵੇ ਟਰੈਕ ਰੋਕ ਰੱਖੇ ਆ, ਉਹਦੇ ਨਾਲ ਚਾਹੇ ਲੁਧਿਆਣਾ ਹੈ, ਚਾਹੇ ਅੰਮ੍ਰਿਤਸਰ ਹੈ, ਚਾਹੇ ਜਲੰਧਰ ਹੈ, ਜੋ ਵੀ ਇੰਡਸਟਰੀ ਪ੍ਰਭਾਵਿਤ ਹੈ, ਗਰੀਬ ਬੰਦੇ ਪ੍ਰਭਾਵਿਤ ਹੈ। ਪਰ ਮੈਂ ਕਿਹਾ ਭੈਣ ਜੀ, ਕਿਸਾਨਾਂ ਨੂੰ ਬਦਨਾਮ ਨਾ ਕਰੋ। ਜਿਹਨਾਂ ਨੇ ਧਰਨਾ ਲਾ ਰੱਖਿਆ ਉਹ ਅਖੌਤੀ ਲੀਡਰ ਹੈ, ਲੀਡਰਾਂ ਨੇ ਬੰਦ ਕਰਾ ਰੱਖਿਆ, ਕਿਸਾਨਾਂ ਨੇ ਬੰਦ ਨਹੀਂ ਕਰਾਇਆ। ਆਹ ਇਹ ਸਭ ਤੋਂ ਬੜਾ ਇੱਕ ਮੈਂ ਦੁਖਾਂਤ ਹੈ ਪੰਜਾਬ ਦਾ ਵੀ ਕੁਛ ਲੋਕਾਂ ਨੇ ਕਿਸਾਨ ਤੇ ਵਪਾਰੀ ਦੇ ਵਿੱਚ ਇੱਕ ਤਰੇੜ ਪਾਉਣ ਦੀ ਕੋਸ਼ਿਸ਼। ਅਸੀਂ ਜੱਗੜ ਸਾਹਿਬ ਵਪਾਰੀਆਂ ਦੇ ਕੋਲ ਸਵਾਲ ਵੀ ਲੈ ਲੈਂਦੇ ਹਾਂ, ਸਾਡੇ ਨਾਲ ਮੌਜੂਦ ਨੇ। ਤੁਸੀਂ ਭਾਰਤ ਪਾਕਿਸਤਾਨ ਦੇ ਜਿਹੜਾ ਵਪਾਰ ਹੈ ਉਹਦੇ ਵਿੱਚ ਤੁਸੀਂ ਵੀ ਆਪਣੀ ਜਿਹੜੀ ਇੱਕ ਕੜੀ ਬਣੇ ਰਹੇ ਹੁਣ ਤੱਕ, ਇਸ ਵੇਲੇ ਕੀ ਹਾਲਾਤ ਨੇ ਔਰ ਬੀਜੇਪੀ ਤੋਂ ਕੀ ਉਮੀਦਾਂ ਨੇ? ਸਭ ਤੋਂ ਪਹਿਲੇ ਤਾਂ ਬੀਜੇਪੀ ਦੇ ਰਾਜ 'ਚ ਇੱਕ ਤੋਂ ਪਹਿਲੇ ਧਰਮ ਔਰ ਦੇਸ਼ ਦੋਨੇ ਸੁਰੱਖਿਅਤ ਹੈ, ਇਸ ਕਰਕੇ ਵਪਾਰੀ ਵੀ ਚਾਹੁੰਦਾ ਹੈ ਕਿ ਬੀਜੇਪੀ ਦੀ ਸਰਕਾਰ ਆਵੇ। ਸੈਕਿੰਡ ਨੰਬਰ 'ਤੇ ਮੈਂ ਕਲੈਰੀਫਿਕੇਸ਼ਨ ਦੇਣਾ ਚਾਹੁੰਦਾ ਸਾਰੀਆਂ ਓਪੋਜੀਸ਼ਨ ਪਾਰਟੀਆਂ ਨੂੰ ਕਿ ਹਰ ਓਪੋਜੀਸ਼ਨ ਪਾਰਟੀ ਇੱਕੋ ਗੱਲ ਕਰਦੀ ਹੈ ਕਿ ਅਸੀਂ ਵਾਹਗਾ ਬਾਰਡਰ ਖੁਲਵਾ ਦਾਂਗੇ, ਅਸੀਂ ਵਾਹਗਾ ਬਾਰਡਰ ਖੁਲਵਾ ਦਾਂਗੇ, ਪਾਕਿਸਤਾਨ ਦੀ ਟ੍ਰੇਡ ਚਾਲੂ ਕਰਾ ਦਾਂਗੇ। ਮੈਂ ਕਲੈਰੀਫਿਕੇਸ਼ਨ ਦੇਣਾ ਚਾਹੁੰਦਾ ਕਿ ਇੰਡੀਆ ਵੱਲੋਂ ਅੱਜ ਤੱਕ ਵੀ ਟ੍ਰੇਡ ਕੋਈ ਬੰਦ ਨਹੀਂ ਹੋਈ ਪਾਕਿਸਤਾਨ ਦੀ ਟ੍ਰੇਡ। ਕਹਿੰਦੇ ਵਧਾਤੀ ਬਹੁਤ, ਦੇਖੋ ਪੁਲਵਾਮਾ ਅਟੈਕ ਤੋਂ ਬਾਅਦ ਸਭ ਤੋਂ ਪਹਿਲੇ ਦੇਸ਼ ਹੈ, ਉਸ ਤੋਂ ਬਾਅਦ ਵਪਾਰ ਹੈ। ਪੁਲਵਾਮਾ ਅਟੈਕ ਤੋਂ ਬਾਅਦ ਸ਼੍ਰੀ ਮੋਦੀ ਜੀ ਨੇ ਸਿਰਫ ਪੈਨਲਾਈਜ਼ ਕੀਤੀ ਸੀ, ਡਿਊਟੀ ਲਗਾਈ ਸੀ, ਨਾ ਕਿ ਟ੍ਰੇਡ ਬੰਦ ਕੀਤੀ ਸੀ। ਟ੍ਰੇਡ ਪਾਕਿਸਤਾਨ ਵੱਲੋਂ ਬੰਦ ਹੋਈ ਹੈ, ਉਸ ਤੋਂ ਬਾਅਦ ਸਮਝੌਤਾ ਵੀ ਪਾਕਿਸਤਾਨ ਨੇ ਬੰਦ ਕੀਤੀ ਹੈ, ਟ੍ਰੇਨ ਵੀ ਪਾਕਿਸਤਾਨ ਨੇ ਬੰਦ ਕੀਤੀ ਹੈ। ਇੰਡੀਆ ਦੀ ਟੈਰੀਟਰੀ ਚੋਂ ਅੱਜ ਵੀ ਪਾਕਿਸਤਾਨ ਦਾ ਕੋਈ ਵੀ ਮਾਲ ਆਏਗਾ ਇੰਡੀਅਨ ਕਸਟਮ ਨੂੰ ਰਿਲੀਜ਼ ਕਰੇਗਾ। ਲੇਕਿਨ ਬਿਲਕੁਲ ਇਹ ਵੱਡੀ ਗੱਲ ਹੈ, ਪਰ ਜਾਖੜ ਸਾਹਿਬ ਹੁਣ ਤੱਕ ਸਿਆਸੀ ਸਟੇਜਾਂ ਤੇ ਇਹੀ ਪ੍ਰਚਾਰ ਕੀਤਾ ਜਾਂਦਾ ਕਿ ਵਪਾਰ ਬੰਦ ਹੈ, ਅਸੀਂ ਵਪਾਰ ਖੁਲਾਵਾਂਗੇ। ਇਹਨਾਂ ਨੇ ਕਿਹਾ ਕਿ ਵਪਾਰ ਅੱਜ ਤੱਕ ਬੰਦ ਹੋਇਆ ਨਹੀਂ, ਬੰਦ ਸਭ ਆ ਨਹੀਂ ਰਿਹਾ, ਚਾਹੇ ਉਹਨਾਂ ਨੇ ਕਰਤਾ ਜਾਂ ਇਸ ਪਾਸੇ ਹੋਇਆ। ਉਹ ਜਦੋਂ ਮੈਂ ਕਹਿ ਰਿਹਾ ਵੀ ਅੱਜ ਉੱਥੇ ਭੁੱਖਮਰੀ ਹੈ ਸਾਹਿਬ, ਉਹਨਾਂ ਨੂੰ ਕਰਨਾ ਪਊਗਾ। ਮੈਂ ਹੋਰ ਕੀ ਕਿਹਾ ਤੁਹਾਨੂੰ, ਮੈਂ ਇਹ ਸਮਝਾਇਆ ਵੀ ਉੱਥੇ ਅੱਜ ਦੇ ਦਿਨ ਹਾਲਾਤ ਇਹ ਜਿਹੇ ਬਣੇ ਖੜੇ ਆ ਵੀ ਦੇਰ ਸਵੇਰ ਉਹਨਾਂ ਨੂੰ ਅੱਜ ਕਹਿਤਾ ਵੀ ਕਾਰਗਿਲ ਗਲਤੀ ਹੋ ਗਈ, ਆਹ ਗਲਤੀ ਵੀ ਮੰਨ ਲੈਣਗੇ ਵੀ ਅਸੀਂ ਇਸ ਜੇ ਅੱਜ ਭੁੱਖਮਰੀ ਦੇ ਕਗਾਰ ਤੇ ਬੈਠੇ ਹੈ ਤੇ ਉਹਦੇ ਵਿੱਚ ਆਹ ਗਲਤੀ ਵੀ ਸ਼ਾਮਿਲ ਹੈ ਸਾਹਿਬ, ਉਹਨਾਂ ਨੇ ਰੋਕ ਕੇ ਕੀਤਾ। ਤੁਸੀਂ ਕੀ ਉਮੀਦ ਰੱਖ ਕੇ ਬੈਠੇ ਹੋ ਬੀਜੇਪੀ ਤੋਂ, ਕਿਉਂਕਿ ਦਾਅਵੇ ਔਰ ਵਾਅਦੇ ਜਿਹੜੇ ਬਹੁਤ ਵੱਡੇ ਕੀਤੇ ਜਾ ਰਹੇ? ਜਾਖੜ ਸਾਹਿਬ, ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਪਿਛਲੀ ਵਾਰਾਂ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਵਾਜਪੇਈ ਸਾਹਿਬ ਇੱਥੇ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਨੇ ਪੈਕੇਜ ਦਿੱਤੇ ਹਿਮਾਚਲ ਨੂੰ, ਸਾਡੀ ਅੱਧੀ ਪਚੱਧੀ ਇੰਡਸਟਰੀ ਜਿਹੜੀ ਆ ਹਿਮਾਚਲ 'ਚ ਚਲੇ ਗਈ। ਐਤਕੀ ਮੋਦੀ ਸਾਹਿਬ ਨੇ ਪੈਕੇਜ ਦਿੱਤਾ ਜਿਹੜਾ ਵਾ ਉਹ ਜੇ ਐਂਡ ਕੇ ਨੂੰ। ਸਾਡੀ ਤਕਰੀਬਨ 250 ਕਿਲੋਮੀਟਰ ਤੁਸੀਂ ਜਾਣਦੇ ਬੜੀ ਚੰਗੀ ਤਰ੍ਹਾਂ ਬੈਲਟ, ਬਾਰਡਰ ਬੈਲਟ ਆ ਜਿਹੜੀ ਆ। ਕੀ ਤੁਹਾਡੇ ਏਜੰਡੇ 'ਚ ਕੋਈ ਇਹੋ ਜਿਹੀ ਵੀ ਚੀਜ਼ ਹੈਗੀ? ਕਿਉਂਕਿ ਵੋਟਾਂ ਦੇ ਪੰਜਾਬ ਦੇ ਵਿੱਚੋਂ ਬੀਜੇਪੀ ਨੂੰ ਪਈਆਂ, ਜੇ ਜੇਤਲੀ ਸਾਹਿਬ ਖਲੋਤੇ 382,000 ਵੋਟ ਅੰਮ੍ਰਿਤਸਰ ਤੋਂ ਪਈ, ਜੇ ਪੁਰੀ ਸਾਹਿਬ ਖਲੋਤੇ, ਹਾਰ ਜਿੱਤ ਤਾਂ ਪਰਮਾਤਮਾ ਦੇ ਹੱਥ ਆ, ਪੁਰੀ ਸਾਹਿਬ ਖਲੋਤੇ ਤੇ ਉਹਨਾਂ ਨੂੰ ਵੀ ਵੋਟ ਪਈ ਜਿਹੜੀ 342,000। ਲੇਕਿਨ ਸਾਡੇ ਅੰਮ੍ਰਿਤਸਰ ਨੂੰ ਇਗਨੋਰ ਕੀਤਾ ਗਿਆ ਕਿ ਬਾਰਡਰ ਬੈਲਟ ਦੇ ਵਾਸਤੇ ਤੁਹਾਡੇ ਕੋਲ ਸਪੈਸ਼ਲ ਇਨਸੈਂਟਿਵ ਦੇ ਕੇ ਇੰਡਸਟਰੀ ਨੂੰ ਰਿਵਾਈਵ ਕਰਨ ਵਾਸਤੇ, ਤਾਂ ਕਿ ਨਸ਼ਾ ਮੁਕਤ ਪੰਜਾਬ ਨੂੰ ਜਿਹੜੀ ਤੁਸੀਂ ਗੱਲ ਕਰਦੇ ਕੀਤਾ ਜਾ ਸਕੇ, ਕੋਈ ਐਸੀ ਕੋਈ ਤੁਹਾਡੇ ਦਿਮਾਗ ਦੇ ਵਿੱਚ ਭਾਵਨਾ ਹੈਗੀ ਜਾਂ ਤੁਸੀਂ ਕਰੋਗੇ? ਬਿਲਕੁਲ ਬਿਲਕੁਲ, ਜਵਾਬ ਲੈ ਲੈਂਦੇ ਹਾਂ। ਨਾਲ ਇੰਡਸਟਰੀ ਦਾ ਸਵਾਲ ਹੈਗਾ MSME ਬਾਰੇ। MSME ਬੜਾ ਅੱਛਾ ਟੂਲ ਹੈ ਸੈਂਟਰ ਗਵਰਨਮੈਂਟ ਦਾ, ਲੇਕਿਨ ਉਹਦੇ ਜਿਹੜੇ ਨਾ ਆਫਿਸ ਹੈਗਾ ਅੰਮ੍ਰਿਤਸਰ ਦੇ ਵਿੱਚ ਨਾ ਕੁਛ ਵੀ, ਤੇ ਅੰਮ੍ਰਿਤਸਰ ਜਿਹੜਾ ਜਾਂ ਪੰਜਾਬ ਪੂਰਾ 14 ਸਾਲ ਤੋਂ ਤਰ੍ਹਾਂ ਤਰ੍ਹਾਂ ਕਰ ਰਿਹਾ ਟੈਰਰਿਜ਼ਮ ਕਰਕੇ, ਉਸ ਤੋਂ ਬਾਅਦ ਇੰਡਸਟਰੀ ਸਾਰੀ ਚੱਲ ਗਈ ਇੱਥੋਂ, ਉਹਦੇ ਵਾਸਤੇ MSME ਸਕੀਮ ਨੂੰ ਅੱਗੇ ਐਜੂਕੇਟ ਕਰਨ ਵਾਸਤੇ ਕੋਈ ਆਫਿਸ ਨਹੀਂ, ਕੋਈ ਕੁਛ ਨਹੀਂ ਹੈ, ਉਹਦੇ ਬਾਰੇ ਆਪਣਾ ਬੀਜੇਪੀ ਦੇ ਮੇਨ ਆਫਿਸ ਤੋਂ ਕੀ ਸਰ ਕੰਸਰਨ? ਕੱਲ੍ਹ ਜਿਹੜੀ ਮੇਨ ਜਿਹੜੀ ਮੈਂ ਸੀਤਾਰਮਨ ਜੀ ਦੀ ਮੀਟਿੰਗ ਦੀ ਗੱਲ ਕਰੀ ਆ ਨਾ, ਕੱਲ੍ਹ ਇਸੇ ਸਿਲਸਿਲੇ ਨੂੰ ਲੈ ਕੇ ਸੀ। MSMEs ਦੇ ਨਾਲ ਜਿਹੜੀ 45 ਦਿਨਾਂ ਦੀ ਪੇਮੈਂਟ ਮਸਲਾ ਹੈ, ਜਿਹੜੀ ਉਹਨਾਂ ਦੀ ਫਾਈਨਾਂਸਿੰਗ ਦਾ ਮਸਲਾ ਹੈ, ਜਾਂ ਜਿਸ ਕਿਸਮ ਦੀ ਆ ਪ੍ਰੋਬਲਮ ਤੁਹਾਨੂੰ ਆ ਰਹੀ ਹੈ, ਉਹਨਾਂ ਨੂੰ ਲੈ ਕੇ ਉਹਨਾਂ ਨੇ ਚਾਨਣਾ ਪਾਇਆ ਕਿ ਆਹ ਜਿਹੜੀ 45 ਦਿਨਾਂ ਵਾਲੀ ਤੁਸੀਂ ਲਵਾਈ ਆ, ਤੁਹਾਡੀ MSME ਦੀ ਹੀ ਇੱਕ ਐਪਲੀਕੇਸ਼ਨ ਦੇ ਉੱਤੇ ਇਨਕਮ ਟੈਕਸ ਲਾਅ ਦੇ ਅੰਦਰ ਚੇਂਜ ਕੀਤਾ ਗਿਆ, ਹੁਣ ਤੁਸੀਂ ਇਸ ਸਾਰੇ ਇਸ ਨਾਲ ਪ੍ਰਭਾਵਿਤ ਹੋ, ਤਾਂ ਸਾਡੇ ਭਾਵੇਂ ਤੁਸੀਂ 200 ਦਿਨ ਦਾ ਕਰ ਲਓ, ਚੇਂਜ ਆ ਜਾਣਗੇ। ਪਲੀਜ਼ ਇੱਕ ਮਿੰਟ ਸੁਣ ਲਓ, ਉਹਦੇ ਵਿੱਚ ਆ ਜੂਗਾ। ਜਿੱਥੇ ਤਾਂ ਤੁਸੀਂ ਗੱਲ ਕੀਤੀ ਹੈ ਬਾਰਡਰ ਦੀ ਸਾਹਿਬ,
ਤੁਸੀਂ ਆਫ ਕੋਰਸ ਅੰਮ੍ਰਿਤਸਰ 'ਚ ਬੈਠੇ ਹੋ, ਤੁਸੀਂ ਸਮਝਦੇ ਹੋ। ਮੈਂ ਕਹਿੰਦਾ ਸਾਰੀ ਬਾਰਡਰ ਬੈਲਟ ਹੈ ਜਿਹੜੀ ਉੱਥੋਂ, ਅਗਰ ਉੱਥੇ ਆਪਾਂ ਡਰੱਗ ਟ੍ਰੇਡ ਨੂੰ ਰੋਕਣਾ ਹੈ, ਜਿਹੜੇ ਬਾਰਡਰ 'ਤੇ ਬੈਠੇ ਹੈ ਪਿੰਡ ਜਮ੍ਹਾਂ ਨੇੜੇ ਹੈ, ਉੱਥੋਂ ਇੰਡਸਟਰੀ ਸਾਰੀ ਜਾ ਰਹੀ ਹੈ, ਸ਼ੈਲਰ ਸਾਰੇ ਉੱਡ ਕੇ ਸਾਰੇ ਬਾਹਰ ਚਲੇ ਗਏ, ਸਭ ਯੂਪੀ ਜਾ ਰਹੇ ਆ, ਕੋਈ ਉੱਧਰ ਮੱਧ ਪ੍ਰਦੇਸ਼ ਜਾ ਰਿਹਾ। ਉਹਨਾਂ ਵਾਸਤੇ ਪੈਕੇਜ ਮੈਂ ਤਾਂ ਮੰਗੂੰਗਾ ਸਾਰੇ ਪੰਜਾਬ ਵਾਸਤੇ ਪੈਕੇਜ, ਇਕੱਲਾ ਬਾਰਡਰ ਬੈਲਟ ਜਾਂ ਆਪਾਂ ਕਹਿ ਦਈਏ ਵੀ ਇਸੇ ਬੈਲਟ 'ਚ ਲੱਗ ਜੇ, ਆਫਕੋਰਸ ਉਹਦੇ ਵਾਸਤੇ ਸਾਨੂੰ ਕੋਈ ਨਾ ਕੋਈ ਕਰਨਾ ਪਊਗਾ। ਪੰਜਾਬ ਇਹਨਾਂ ਜਿਹੜੇ ਸਪੈਸ਼ਲ ਕਨਸੈਸ਼ਨ ਦਿੱਤੇ ਗਏ ਹਿਮਾਚਲ ਪ੍ਰਦੇਸ਼ ਨੂੰ, ਜੰਮੂ ਨੂੰ, ਉਹਦਾ ਡਾਇਰੈਕਟ ਇੰਪੈਕਟ ਸਾਡੇ 'ਤੇ ਪਿਆ। ਪੰਜਾਬ ਨੀਡਸ ਅ ਸਪੈਸ਼ਲ ਅਸਿਸਟੈਂਸ, ਮੈਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ। ਉਹਦੇ ਵਾਸਤੇ ਆਪਣੇ ਨੁਮਾਇੰਦੇ ਉੱਥੇ ਜਾ ਕੇ ਬੈਠਣਗੇ। ਉਹਦੇ ਵਿੱਚ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੀ ਇੱਥੇ ਆ ਕੇ ਇੰਡਸਟਰੀ ਕੋਈ ਲੱਗਦੀ ਕਿਉਂ ਲੱਗੇ, ਸਭ ਇੰਡਸਟਰੀਅਲ ਇਕੋਸਿਸਟਮ ਹੀ ਹੈ ਨਹੀਂ, ਸਭ ਫਿਰੌਤੀਆਂ ਆ ਰਹੀਆਂ ਲੋਕਾਂ ਨੂੰ, ਜਿਨ੍ਹਾਂ ਅੱਜ ਕੱਲ੍ਹ ਤਾਂ ਛੋਟੀ ਹੱਟੀ ਵਾਲਿਆਂ ਨੂੰ ਫੋਨ ਆਉਣ ਲੱਗੇ ਸਭ। ਕੱਲ੍ਹ ਇੱਕ ਮੈਂ ਆਨੰਦਪੁਰ ਸਾਹਿਬ ਸਾਡੇ ਕੈਂਡੀਡੇਟ ਸੁਭਾਸ਼ ਸ਼ਰਮਾ ਜੀ ਕਿਤੇ ਕਿਸੇ ਬਾਬੇ ਦੇ ਡੇਰੇ 'ਚ ਆਨੰਦਪੁਰ ਸਾਹਿਬ ਵਾਲੇ ਪਾਸੇ ਮੱਥਾ ਟੇਕਣ ਗਏ, ਅਤੇ ਬਾਅਦ 'ਚ ਬਾਬਾ ਜੀ ਕਹਿਣ ਇੱਕ ਮਿੰਟ ਗੱਲ ਸੁਣਿਓ, ਅਤੇ ਉਹਨਾਂ ਨੇ ਕਿਹਾ ਸ਼ਾਇਦ ਕੋਈ ਛੱਤ ਛੁੱਤ ਪਵਾਉਣ ਵਾਸਤੇ ਵੀ ਸੰਗਤ ਆਉਂਦੀ ਹੈ, ਕੋਈ ਗ੍ਰਾਂਟ ਮੰਗਦੇ ਹੋਣੇ। ਕਹਿੰਦੇ ਨਹੀਂ ਜੀ, SSP ਨੂੰ ਫੋਨ ਕਰਿਓ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਜੀ ਮੇਰੇ ਕੋਲ ਕਈ ਦਿਨਾਂ ਦੇ ਫੋਨ ਆ ਰਹੇ, ਕਹਿੰਦਾ ਬਾਬਾ ਜੀ ਤੁਹਾਨੂੰ ਚੰਦਾ ਬਹੁਤ ਚੜ੍ਹਦਾ, ਚੜਾਵਾ ਬਹੁਤ ਚੜ੍ਹਦਾ ਹੈ, ਕੋਈ ਸਾਨੂੰ ਵੀ ਚੜਾਓ। ਹੁਣ ਤਾਂ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਸਰ, ਇਸ ਇਕੋਸਿਸਟਮ 'ਚ ਕਿਸੇ ਨੇ ਨਹੀਂ ਆਉਣਾ। ਗਵਰਨਮੈਂਟ ਹੈਜ਼ ਟੂ, ਜਿਹੜੀ ਤੁਸੀਂ ਕਹਿ ਰਹੇ ਹੋ ਇੱਥੇ ਕੋਈ MSB ਦਾ ਆਫਿਸ ਹੈ ਨਹੀਂ, ਕਿ ਇਹ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਸਭ ਜਾ ਕੇ ਉੱਥੇ ਜਾ ਕੇ ਕਹਿਣ ਸੈਂਟਰ 'ਚ ਵੀ ਸਾਨੂੰ ਦਿਓ? ਉਹ ਸਿਰਫ ਤੇ ਸਿਰਫ ਇੱਕ ਕਨਫਰੰਟੇਸ਼ਨ ਬਣਾਈ ਬੈਠੇ ਸਾਹਿਬ। ਉਹਨਾਂ ਨੇ ਜਾ ਕੇ ਉੱਥੇ ਕਨਫਰੰਟੇਸ਼ਨ ਛੱਡ ਕੇ ਕੋਆਪਰੇਟਿਵ ਮੋਡ 'ਚ ਜਾਣ, ਜਿਹੜਾ ਮੋਦੀ ਜੀ ਨੇ ਸਿੱਖਿਆ ਕੋਆਪਰੇਟਿਵ ਫੈਡਰਲਿਜ਼ਮ, ਇਸ ਦਾ ਆਨਸਰ ਸਰ। ਚੱਕ ਸਾਹਿਬ ਇੱਧਰ ਦੋ ਸਵਾਲ ਹੋਰ ਲੈ ਰਹੇ ਹਾਂ। ਹਾਂਜੀ, ਤੁਸੀਂ ਕੀ ਕੰਮ ਕਰਦੇ ਹੋ, ਕੀ ਸਵਾਲ ਕਰਨਾ ਚਾਹੁੰਦੇ ਹੋ? ਹਾਂਜੀ ਜੱਕ ਸਾਹਿਬ, ਮੈਂ NRI ਹਾਂ ਜੀ, ਪਿਛਲੇ 15 ਸਾਲ ਤੋਂ ਮੈਂ ਬਾਹਰ ਰਹਿ ਰਿਹਾ, ਅਤੇ ਮੇਰਾ ਸਵਾਲ ਜਿਹੜਾ ਆ ਉਹ NRI ਸਮੁਦਾਇ ਨੂੰ ਲੈ ਕੇ ਹੈ ਜੀ। ਬੜਾ ਮਹੱਤਵਪੂਰਨ ਸਮੁਦਾਇ ਹੈ NRI ਸਮੁਦਾਇ, ਜਿਹੜਾ ਪੰਜਾਬ ਦਾ, ਆਈ ਥਿੰਕ ਕੋਈ 20-25 ਲੱਖ ਪੰਜਾਬੀ ਜਿਹੜਾ ਉਹ ਬਾਹਰ ਵਿਦੇਸ਼ਾਂ 'ਚ ਵੱਸਦਾ। ਆਮ ਆਦਮੀ ਪਾਰਟੀ ਨੇ ਵੀ ਸਾਨੂੰ ਰਝਾ ਕੇ, ਸਾਨੂੰ ਮਤਲਬ ਤੁਸੀਂ ਲਾ ਲਓ ਕਿ ਇੱਕ ਲਾਲਚ ਦੇ ਕੇ ਵੀ ਤੁਸੀਂ, ਅਸੀਂ ਆਵਾਂਗੇ ਜੀ, ਅਸੀਂ ਬਹੁਤ ਕੁਛ ਕਰਾਂਗੇ ਤੁਹਾਡੇ ਲਈ, ਪੈਸੇ ਵੀ ਲਏ ਸਾਡੇ ਕੋਲ, ਵੋਟਾਂ ਵੀ ਲਏ। ਹੁਣ ਅਸੀਂ ਇਹ ਚਾਹੁੰਦੇ ਹਾਂ, ਪੁੱਛਣਾ ਚਾਹੁੰਦੇ ਹਾਂ ਤੁਹਾਡੇ ਕੋਲ ਕਿ BJP ਜਿਹੜੀ ਉਹ NRI ਇਹ ਕਿੰਨਾ ਮਹੱਤਵਪੂਰਨ ਸਮੁਦਾਇ, ਉਹਦੇ ਲਈ ਕੀ ਕਰੂਗੀ? ਸਾਨੂੰ ਇੱਥੇ ਆ ਕੇ ਆਪਣੀ ਜ਼ਮੀਨਾਂ ਲਈ ਲੜਨਾ ਨਾ ਪਵੇ, ਸਾਨੂੰ ਇੱਥੇ ਡਰਨਾ ਹੋਵੇ ਵੀ ਅਸੀਂ ਆਉਂਦੇ ਹਾਂ ਬਾਹਰ ਅਤੇ ਅਸੀਂ ਇੱਥੇ ਆ ਕੇ ਸਾਨੂੰ ਕੋਈ ਗੈਂਗਸਟਰ ਧਮਕੀ ਦੇਵੇ ਜਾਂ ਕੁਛ ਕਰੇ? ਇਹਦੇ ਲਈ BJP ਦਾ ਕੀ ਉਪਰਾਲਾ ਜਿਹੜਾ ਤੁਸੀਂ ਸੋਚ ਰਹੇ ਹੋ? ਤੁਹਾਡੇ ਦਾਅਵੇ 'ਚ ਕਹਿੰਦੇ ਕਿੰਨਾ ਕੁ ਦਮ ਰਹੂਗਾ, ਕਿਤੇ ਐਸਾ ਤਾਂ ਨਹੀਂ ਕਹਿੰਦੇ ਕਿ ਅਸੀਂ ਡਰੇ ਰਹੀਏ? ਮੈਂ ਦੇਖੋ, ਕਿਉਂਕਿ ਹੁਣ ਵਾਅਦੇ ਲੋਕਾਂ ਨੇ ਇੰਨੇ ਕੀਤੇ ਆ ਕਿ ਇੰਨੇ ਟੁੱਟ ਗਏ, ਹੁਣ ਵਾਅਦੇ ਦੇ ਨਾਮ ਤੋਂ ਹੀ ਡਰਦੇ ਹੋ। ਕਹਿੰਦਾ ਹਮ ਅਭਿਸ਼ੇ ਕਿਆ ਬਤਾਏ ਕਿਆ ਹਮਾਰੇ ਦਿਲ ਮੇ ਹੈ, ਵਕਤ ਆਣੇ ਪੇ ਬਤਾ ਦੇਂਗੇ ਤੁਮੇ ਆਸਮਾ ਕਿਆ ਹਮਾਰੇ ਦਿਲ ਮੇ। ਆਹ ਗੱਲ ਹੈ ਜਿਹੜੀ ਅੱਜ ਦੇ ਦਿਨ ਮੈਂ ਕਹੀ ਜਾਵਾਂ, ਸਾਰਾ ਕੁਛ ਠੀਕ ਕਰ ਦਿਆਂਗੇ ਨਾ ਕਰ ਦਿਆਂਗੇ। ਮੈਂ ਹੁਣੇ ਤੁਹਾਨੂੰ ਇੱਕ NRI ਸ਼ਾਦੀ ਅੰਮ੍ਰਿਤਸਰ 'ਚ ਹੋਈ ਸੀ, ਉਹਦੇ ਨਾਲ ਜੋ ਕੁਛ ਘਟਿਆ ਸਾਹਿਬ, ਲੋ ਐਂਡ ਆਰਡਰ ਸਮੱਸਿਆ ਸਾਹਿਬ, ਜਿਹਦੇ ਨਾਲ NRI ਵੀ ਪ੍ਰਭਾਵਿਤ ਹੈ, ਅਤੇ ਇਸ ਵੇਲੇ ਤੁਹਾਡਾ ਕੀ ਗੱਲ ਹੈ? ਜਿਹੜੇ ਪੰਜਾਬ 'ਚ ਵੱਸਦੇ NRI ਉਹ ਉਸ ਤੋਂ ਵਾਂਝੇ? ਆਪਣਾ ਬੀਜ ਸਭ ਤੋਂ ਵੱਡਾ ਬੋਣ ਦੇ ਵਿੱਚ ਆਮ ਆਦਮੀ ਪਾਰਟੀ ਵਾਲਾ NRI ਭਰਾਵਾਂ ਦਾ ਪੂਰਾ ਯੋਗਦਾਨ ਹੈ। ਤੁਸੀਂ ਕਹਿੰਦੇ ਨੋਟ ਵੀ ਪੂਰੇ ਖਿੱਚ ਕੇ ਲੈ ਕੇ ਆਏ ਹੈ, ਅਤੇ ਵੋਟਾਂ ਵੀ ਤੁਸੀਂ ਬਹੁਤ ਦਿੱਤੀਆਂ, ਹੁਣ ਪੰਜਾਬ ਭੁਗਤ ਰਿਹਾ ਸਾਹਿਬ। ਸੋ ਲੈਟਸ ਸੀ, ਹੁਣ ਲੋਕ ਜਾਗਰੂਕ ਹੋਣਗੇ, ਬੰਦੇ ਬੰਦੇ 'ਚ ਫਰਕ ਕਰਨਾ ਪਊਗਾ ਸਾਹਿਬ। ਪੰਜ ਉਂਗਲਾਂ ਬਰਾਬਰ ਨਹੀਂ, ਉਹ ਜੋ ਕੁਛ ਕਹਿ ਰਹੇ ਹੈ ਹੁਣ ਮੋਦੀ ਜੀ ਨੇ ਉਹ ਕੰਮ ਕਰਕੇ ਦਿਖਾਇਆ ਜਿਹੜੇ ਲੋਕ ਕਹਿੰਦੇ ਸੀ ਹੋ ਹੀ ਨਹੀਂ ਸਕਦੇ, ਉਹ ਕਰਕੇ ਦਿਖਾਇਆ ਸਾਹਿਬ। ਦੈਟ ਇਜ਼ ਲੀਡਰਸ਼ਿਪ। ਅੱਜ ਪ੍ਰੋਬਲਮ ਲੀਡਰਸ਼ਿਪ ਦੀ ਹੈ, ਉਹ ਲੀਡਰਸ਼ਿਪ ਪੰਜਾਬ ਦੇ ਦਿਨ ਅੱਜ ਦਿਨ ਹੈ ਨਹੀਂ। ਉਹ ਆਪਣੇ ਛੱਲੇ ਗਾਈ ਜਾਂਦੇ ਹੈ, ਕਦੇ ਕਿੱਕਲੀ ਗਾਉਣ ਲੱਗ ਜਾਂਦੇ, ਉਹਦੇ ਨਾਲ ਮਸਲੇ ਹੱਲ ਨਹੀਂ ਹੋ ਸਕਦੇ। ਇੱਕ ਹੋਰ ਸਵਾਲ ਲੜ ਗਿਆ ਜੀ, ਤੁਸੀਂ ਕੀ ਕਰਦੇ ਹੋ? ਜਾਖੜ ਸਾਹਿਬ, ਮੈਂ ਬਾਈ ਪ੍ਰੋਫੈਸ਼ਨ ਵਕੀਲ ਹਾਂ। ਸਾਰੀ ਪਾਰਟੀਆਂ ਵਾਅਦੇ ਕਰ ਰਹੀਆਂ ਨੇ, ਕਿਉਂਕਿ ਚੁਣਾਵੀ ਦੌਰ ਚੱਲ ਰਿਹਾ ਹੈ। ਤੁਹਾਡੀ ਤਾਂ ਬੜੀ ਲੋੜ ਪੈਂਦੀ ਹੈ, ਤੂੰ ਹੁਣ ਵੋਟਾਂ ਵੋਟਾਂ 'ਚ ਵੀ ਬੜਾ ਖੁਸ਼ ਹੋ ਰਿਹਾ, ਮਗਰੋਂ ਮਿਲਾ ਤੁਹਾਡਾ ਕੰਮ ਵਧੀਆ ਚੱਲੂਗਾ, ਤੁਹਾਨੂੰ ਕੀ ਟੈਨਸ਼ਨ ਪਏਗੀ?
ਨਹੀਂ ਨਹੀਂ ਉਹੀ ਸਾਰੀਆਂ ਪਾਰਟੀਆਂ ਵਾਅਦੇ ਕਰ ਰਹੀਆਂ ਸਭ, ਕਿਸੇ ਨੇ ਵੀ ਵਕੀਲੀ ਭਾਈਚਾਰੇ ਬਾਰੇ ਜਾਂ ਕੀ ਸੋਚਿਆ ਕਿ ਨਹੀਂ? ਕਾਫੀ ਟਾਈਮ ਤੋਂ ਇੱਕ ਪੁਰਜ਼ੋਰ ਅਪੀਲ ਚੱਲ ਰਹੀ ਹੈ ਐਡਵੋਕੇਟ ਪ੍ਰੋਟੈਕਸ਼ਨ ਐਕਟ, ਇਹਦੇ ਬਾਰੇ ਬੀਜੇਪੀ ਸਰਕਾਰ ਕੀ ਕਰੇਗੀ ਜੇ ਆਉਂਦੀ ਹੈ? ਦੇਖੋ ਅੱਜ ਦੇ ਦਿਨ ਫਿਰ ਉਹੀ ਗੱਲ ਹੈ ਵੀ ਵਾਅਦੇ ਕਰਕੇ ਫਿਰ ਤੁਰ ਜਾਏਂਗੇ ਸਭ। ਆਵਰ ਪ੍ਰੋਟੈਕਸ਼ਨ ਇਹ ਸਭ ਸਾਰਿਆਂ ਵਾਸਤੇ ਹੈ, ਯੂਨੀਵਰਸਲ ਪ੍ਰੋਟੈਕਸ਼ਨ। ਮੈਂ ਤੁਸੀਂ ਵਕੀਲ ਤਾਂ ਸਭ ਆਪਣਾ ਕਰ ਰਹੇ ਹੋ, ਤੁਹਾਨੂੰ ਪ੍ਰੋਟੈਕਸ਼ਨ ਦੀ ਲੋੜ ਹੈ। ਅੱਜ ਕਿਸਾਨ ਜਥੇਬੰਦੀਆਂ ਨੂੰ ਪੁੱਛਦਾ ਮੈਂ, ਤੁਸੀਂ ਆਪਣੀ ਗੱਲ ਕਰੀ ਜਾਂਦੇ ਹੋ, ਆਹ ਜਿਹੜੇ ਮਜ਼ਦੂਰ ਹੈ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਸਭ। ਤੁਹਾਡੇ ਜਿਹੜਾ ਐਡਵੋਕੇਟ ਪ੍ਰੋਟੈਕਸ਼ਨ ਲਾ ਹੈ, ਤੁਸੀਂ ਤਾਂ ਪਹਿਲਾਂ ਤਾਂ ਪੁੱਛਣਾ ਚਾਹੀਦਾ ਤੁਹਾਡੇ ਪ੍ਰੋਫੈਸ਼ਨ 'ਚ ਭਗਵੰਤ ਮਾਨ ਜੀ ਜੁੜ ਗਏ, ਉਹ ਕਹਿੰਦੇ ਮੈਂ ਕਿਸਾਨਾਂ ਦਾ ਵਕੀਲ ਹਾਂ। ਇਸ ਕਿਸਮ ਦੀ ਵਕਾਲਤ ਨਹੀਂ ਸਾਹਿਬ, ਹਰੇਕ ਸੈਕਸ਼ਨ ਆਫ ਸੋਸਾਇਟੀ ਉਹਦੇ ਆਪਣੇ ਆਪਣੀ ਮੰਗ ਹੈ। ਇੱਕ ਸਾਰੇ ਪੰਜਾਬ ਦੀ ਹੋਲਿਸਟਿਕ ਅਪਰੋਚ ਲੈ ਕੇ ਅਸੀਂ ਕੰਮ ਕਰਾਂਗੇ, ਹਰੇਕ ਸੈਕਸ਼ਨ ਨੂੰ ਐਡਰੈਸ ਕਰਾਂਗੇ। ਅੱਜ ਮੈਂ ਤੁਹਾਨੂੰ ਇੱਥੇ ਕੋਈ ਦਾਅਵਾ ਕਰ ਜਾਂ ਕੱਲ੍ਹ ਤੁਸੀਂ ਸੁਨੀਲ ਨੂੰ ਭਾਲਦੇ ਫਿਰੋ, ਸੁਨੀਲ ਕਿੱਥੇ ਹੈ, ਬਟ ਵੀ ਵਿਲ ਐਡਰੈਸ ਯੋਰ ਕੰਸਰਨ। ਤੁਸੀਂ ਵਾਅਦਿਆਂ ਦੀ ਗੱਲ ਕੀਤੀ, ਸਰਕਾਰ ਦੀ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਗਰੰਟੀਆਂ ਦੇ ਵਿੱਚ ਇੱਕ ਗਰੰਟੀ ਸੀ ਮਹਿਲਾਵਾਂ ਨੂੰ 1,000 ਰੁਪਇਆ ਦੇਣਾ, ਪਰ ਹੁਣ ਉਹ ਕਹਿ ਰਹੇ ਕਿ 1,000 ਦੀ ਜਗ੍ਹਾ 1,100 ਦੇਵਾਂਗੇ ਅਸੀਂ। ਦੇਖੋ ਫਿਰ ਉਹੀ ਗੱਲ ਹੈ, ਤੁਸੀਂ ਅੱਗੇ ਤੋਂ ਅੱਗੇ ਉਸ ਵਧੀ ਜਾ ਰਹੇ ਹੋ। ਬੇਸਿਕ ਸਵਾਲ ਜਿਹੜਾ ਨਾ ਸਾਹਿਬ, 1,000 ਰੁਪਇਆ ਆਊਗਾ ਕਿੱਥੋਂ? ਜਦੋਂ 1,000 ਰੁਪਏ ਦੀ ਗੱਲ ਕੀਤੀ ਸੀ ਉਦੋਂ ਭਗਵੰਤ ਮਾਨ ਜੀ ਨੇ ਕਿਹਾ ਸੀ ਵੀ ਐਸ ਕੇਜਰੀਵਾਲ ਸਾਹਿਬ ਨੂੰ ਪਤਾ ਹੈ ਪੈਸਾ ਇਨਕਮ ਟੈਕਸ 'ਚੋਂ ਆਏ ਹੈ, ਇਹਨਾਂ ਨੂੰ ਪਤਾ ਪੈਸਾ ਕਿੱਥੋਂ ਕੱਢਿਆ ਜਾ ਸਕਦਾ। 20,000 ਕਰੋੜ ਕਹਿੰਦਾ ਸੀ ਰੇਤੋ 'ਚੋਂ ਕੱਢ ਕੇ ਲਿਆਵਾਂਗੇ, 40,000 ਕਰੋੜ ਅਸੀਂ ਦਾਰੂ ਵਾਲੇ ਟ੍ਰੇਡ 'ਚੋਂ ਕੱਢ ਕੇ ਲਿਆਵਾਂਗੇ। ਰੁਪਈਆ ਤਾਂ ਅੱਜ ਵੀ ਕੱਢਿਆ ਜਾ ਰਿਹਾ, ਪਰ ਉਹ 60,000 ਕਰੋੜ ਰੁਪਇਆ ਜਿਹੜਾ ਹੈ ਇੱਥੇ ਤਾਂ ਨਹੀਂ ਆਇਆ ਸਾਹਿਬ, ਉਹ ਉਹਨਾਂ ਦੇ ਜੇਬਾਂ 'ਚ ਗਿਆ। ਤੁਸੀਂ ਕਿੱਥੋਂ ਆਊਗਾ ਪੈਸਾ ਸਾਹਿਬ? ਮੈਂ ਤਾਂ ਬਿਜਲੀ ਦੇ ਪੈਸੇ ਦੀ ਗੱਲ ਕਰਦਾ ਵੀ ਤੁਸੀਂ ਬਿਜਲੀ ਜਿਹੜੀ ਫ੍ਰੀ ਦੇ ਰਹੇ ਹੋ, 23,000 ਕਰੋੜ ਰੁਪਏ ਬਿਜਲੀ ਦੀ ਸਬਸਿਡੀ ਹੈ। ਪੰਜਾਬ ਦੇ ਅੰਦਰ ਪਾਣੀ ਤਾਂ ਹੈ ਨਹੀਂ, ਏਟਾ ਬਿਹੇਵ ਆਪਾਂ ਕਰ ਰਹੇ ਹਾਂ ਜਿਵੇਂ ਸਾਊਦੀ ਅਰੇਬੀਆ ਦੇ ਵੇਅਰ ਤੋਂ ਤੇਲ ਨਿਕਲਦਾ। ਸਵਾਲ ਲੈ ਲਈਏ ਇੱਥੇ ਤੁਹਾਡੇ ਨਾਲ ਡਾਕਟਰ ਨੇ, ਤੁਸੀਂ ਇੱਕ ਡਾਕਟਰ ਦੇ ਤੌਰ ਤੇ ਕੀ ਸੋਚ ਰਹੇ ਹੋ, ਕਿਹੜੀ ਪਾਰਟੀ ਜਾਂ ਕਿਹੜੇ ਉਮੀਦਵਾਰ ਤੋਂ ਤੁਹਾਨੂੰ ਕੀ ਉਮੀਦਾਂ ਨੇ? ਦੇਖੋ ਜੀ, ਪਾਰਟੀ ਦੀ ਗੱਲ ਹੋ ਰਹੀ, ਸਭ ਤੋਂ ਪਹਿਲੇ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਜੋ ਵੀ ਪਾਰਟੀ ਆਉਂਦੀ ਹੈ, ਜਿਸ ਤਰ੍ਹਾਂ ਵੀ ਕੰਮ ਹੁੰਦਾ ਹੈ, ਸਰਕਾਰੀ ਸਿਸਟਮ ਲੈ ਲਓ ਚਾਹੇ ਪ੍ਰਾਈਵੇਟ ਸਿਸਟਮ ਲੈ ਲਓ। ਜਾਖੜ ਸਾਹਿਬ, ਡਾਕਟਰਸ ਅਤੇ ਹੋਸਪਿਟਲਸ ਅਨਸੇਫ ਨੇ, ਤੁਸੀਂ ਵੀ ਦੱਸਿਆ ਕਿ ਛੋਟੇ ਛੋਟਿਆਂ ਨੂੰ ਤਾਂ ਆਵਾਜ਼ਾਂ ਆ ਰਹੀਆਂ ਹੈ, ਅਤੇ ਪਰ ਮੈਂ ਦੇਖਦਾ ਵਾਂ ਕਿ ਸਰਕਾਰੀ ਹਸਪਤਾਲਾਂ ਦਾ ਵੀ ਹਾਲਾਤ ਇੰਨੇ ਮਾੜੇ ਨੇ। ਜਿਹੜਾ ਮੈਡੀਕਲ ਕਾਲਜ ਅੰਮ੍ਰਿਤਸਰ ਦਾ, ਜਿਹੜਾ ਸਭ ਤੋਂ ਪੁਰਾਣਾ ਮੈਡੀਕਲ ਕਾਲਜ ਪੰਜਾਬ ਦਾ ਗਿਣਿਆ ਜਾਂਦਾ, ਬਲਕਿ ਟੌਪ ਇੰਡੀਆ ਦੇ ਮੈਡੀਕਲ ਕਾਲਜਸ ਵਿੱਚੋਂ ਸਭ ਤੋਂ ਪੁਰਾਣਾ ਸੀ, PGI ਦੇ ਪਹਿਲੇ 4-5 ਡਾਇਰੈਕਟਰ ਜਿਹੜੇ ਨੇ ਉਹ ਅੰਮ੍ਰਿਤਸਰ ਤੋਂ ਸਨ। ਉਹਦੀ ਹਾਲਾਤ ਆਪਾਂ ਦੇਖੀਏ, ਜਿਹੜੀ ਸਰਕਾਰ ਨਵੀਂ ਆਉਂਦੀ ਹੈ, ਜਿਹੜੇ ਲੋਕ ਨਵੇਂ ਆਉਂਦੇ ਨੇ ਜਾ ਕੇ ਦੁਬਕੇ ਮਾਰ ਦਿੰਦੇ ਨੇ, ਨਵੇਂ ਡਾਕਟਰ ਨਹੀਂ ਹੈ, ਡਿਪਾਰਟਮੈਂਟ ਖਾਲੀ ਪਏ ਨੇ, ਡਾਕਟਰਸ ਦੀ ਇੰਨੀ ਜ਼ਿਆਦਾ ਕਮੀ ਹੈ, ਡਾਕਟਰਸ ਪੜ੍ਹਨ ਵਾਲੇ ਜਿਹੜੇ ਬਾਹਰ ਨੇ ਉਹਨਾਂ ਨੂੰ ਪੜ੍ਹਾਉਣ ਵਾਲੇ ਵੀ ਨਹੀਂ ਹੈ। ਅਤੇ ਮੇਰਾ ਸਵਾਲ ਇੰਨਾ ਹੀ ਹੈ ਜਾਖੜ ਸਾਹਿਬ ਕਿ ਇਹ ਹਾਲਾਤ ਆਪਾਂ ਕਿੱਦਾਂ, ਇਹ ਬੀਜੇਪੀ ਦੀ ਇਸ ਵਾਸਤੇ ਕੀ ਨਿਗਾਹ ਹੈ? ਡਾਕਟਰ ਸਾਹਿਬ, ਹਾਥ ਕੰਗਣ ਕੋ ਆਰਸੀ ਕਿਆ, ਪੜ੍ਹੇ ਲਿਖੇ ਕੋ ਫਾਰਸੀ ਕਿਆ। ਤੁਸੀਂ ਦੇਖੋ ਵੀ ਕਿੰਨੇ ਮੈਡੀਕਲ ਕਾਲਜਸ ਖੁੱਲ੍ਹੇ, ਕਿੰਨੇ ਨਵੇਂ ਏਮਸ ਖੁੱਲ੍ਹੇ ਹੈ। ਅਤੇ ਜਦੋਂ ਪ੍ਰਧਾਨ ਮੰਤਰੀ ਆਏ, ਮੈਂ ਉਦਣ ਵੀ ਇਹ ਮੰਗ ਕੀਤੀ ਵੀ ਸਾਡੇ ਦੁਆਬੇ ਅਤੇ ਇੱਥੇ ਮਾਝੇ ਦੇ ਏਰੀਏ ਦੇ ਅੰਦਰ ਸਾਨੂੰ ਏਮਸ ਹੋਰ ਚਾਹੀਦਾ ਸਭ। ਏਮਸ ਆਊਗਾ, ਇਹ ਜਿਹੜੇ ਆਮ ਆਦਮੀ ਪਾਰਟੀ ਕਰ ਰਹੀ ਹੈ ਪਟਿਆਲੇ ਦੇ ਅੰਦਰ, 10 ਕਹਿੰਦੇ ਜੀ ICU ਬੈੱਡ ਲਵਾ ਤੇ, ਤੁਸੀਂ ਕਹਿੰਦੇ ਹੋ ਹਸਪਤਾਲ ਦੇ ਕੁੰਚੀ ਮਾਰ ਕੇ ਅਸੀਂ ਸਵਸਥ ਕ੍ਰਾਂਤੀ ਲਿਆਤੀ। ਆਹ ਕ੍ਰਾਂਤੀ ਸਾਹਿਬ, 10 ਹਸਪਿਟਲ ਬੈੱਡ ਤਾਂ ਸਾਡੇ ਪਿੰਡ ਦੀ ਡਿਸਪੈਂਸਰੀ 'ਚ ਹੋਣੇ ਚਾਹੀਦੇ ਸੀ, ਜਿਹੜੇ ਕਹਿੰਦੇ ਪਟਿਆਲੇ ਮਹਿੰਦਰਾ ਕਾਲਜ ਦੇ ਅੰਦਰ ਤੁਸੀਂ ਜਾ ਕੇ ਲਾ ਤੇ, ਲੀਪਾ ਪੋਤੀ ਕਰ ਰਹੇ ਸਾਹਿਬ। ਇਟ ਨੀਡਸ ਹੋਲਿਸਟ। ਫਿਰ ਮੈਂ ਕਹਿ ਰਿਹਾ ਸਾਹਿਬ, ਮੈਡੀਕਲ ਕਾਲਜਿਸ ਦੇਖੋ, ਤੁਸੀਂ ਦੇਖੋ ਸੈਂਕੜਾ ਮੈਡੀਕਲ, ਇੱਥੇ 15 ਮੈਡੀਕਲ ਕਾਲਜ ਖੁੱਲ੍ਹਣੇ ਚਾਹੀਦੇ ਸੀਗੇ ਸਾਹਿਬ, ਜਿਹੜੇ ਇਹਨਾਂ ਨੇ ਕਿਹਾ। ਸਿਰਫ ਸਰਕਾਰ ਨੇ ਅੱਜ ਤੱਕ ਕੋਈ ਦੇਖੋ ਆਪਾਂ ਆਪਣੇ ਆਪ ਨੂੰ ਭੇਡਾਂ ਸਮਝਣਾ ਬੰਦ ਕਰੀਏ ਸਾਹਿਬ। ਉਹ ਕੀ ਕਹਿੰਦੇ ਉਹਨਾਂ ਨੂੰ ਛੱਡੋ, ਤੁਸੀਂ ਲੋਕਾਂ ਨੂੰ ਮੈਂ ਅਪੀਲ ਕਰਦਾ, ਤੁਸੀਂ
ਪਰਖੋ ਸਾਹਿਬ ਕਿੱਥੇ ਕਿਸ ਮਸਲੇ ਸੈਂਟਰ ਫੰਡ ਰੋਕ ਲੈਂਦਾ, ਕਿੱਥੇ ਰੋਕ ਲੈਂਦਾ ਸਾਹਿਬ ਫੰਡ? ਕੱਲ ਸੀਤਾਰਮਨ ਜੀ ਕਹਿ ਕੇ ਗਏ 8,500 ਕਰੋੜ ਰੁਪਇਆ ਅੱਜ ਦੀ ਤਰੀਕ ਦੇ ਅੰਦਰ ਅਨਯੂਟੀਲਾਈਜ਼ਡ ਪਿਆ ਕੇਂਦਰ ਸਰਕਾਰ ਦਾ, ਪੰਜਾਬ ਸਰਕਾਰ ਕੋਲ। ਆਰਡੀਐਫ ਦੀ ਗੱਲ ਹੁੰਦੀ, ਉਹ ਕਹਿੰਦੇ ਆਰਡੀਐਫ ਵੀ ਨਹੀਂ ਦਿੰਦੇ 8,000 ਕਰੋੜ, ਉਹ ਕਹਿੰਦੇ ਜੇ ਸਾਡੇ ਬੰਦੇ ਪੂਰੇ ਜਿੱਤ ਜਾਣਗੇ ਫਿਰ ਲਵਾਂਗੇ। ਜਦੋਂ ਕੇਜਰੀਵਾਲ ਸਾਹਿਬ ਨੂੰ ਕਿਸੇ ਨੇ ਪੁੱਛਿਆ ਮਾਲੀਵਾਲ ਦਾ ਕੀ ਹੋਇਆ, ਉਹਨੇ ਕਿਹਾ ਜੀ ਸਬ ਜੁਡਿਸ ਹੈ ਮਸਲਾ, ਮੈਂ ਬੋਲ ਨਹੀਂ ਸਕਦਾ। ਆ ਜਿਹੜਾ 5,000 ਕਰੋੜ ਮੰਗੀ ਜਾਂਦੇ ਆਰਡੀਐਫ ਦਾ, ਆਹ ਵੀ ਸਬ ਜੁਡਿਸ ਹੈ। ਕਿਉਂ? ਕਿਉਂਕਿ ਉਹ ਪਲੈਨਿੰਗ ਕਮਿਸ਼ਨ ਦੇ ਅੰਦਰ ਗਏ ਨਹੀਂ ਸਾਹਿਬ। ਪਲੈਨਿੰਗ ਕਮਿਸ਼ਨ ਦੀ ਜਿੱਦਣ ਮੀਟਿੰਗ ਸੀ ਭਗਵੰਤ ਮਾਨ ਜੀ ਗਏ ਨਹੀਂ, ਉੱਥੇ ਜਾ ਕੇ ਕਹਿੰਦੇ ਆਰਡੀਐਫ ਬੰਦ ਕੀਤਾ ਗਿਆ ਸੀ ਵੀ ਰੂਰਲ ਡਿਵੈਲਪਮੈਂਟ ਫੰਡ ਦੇ ਨਾਮ ਤੇ ਕੇਂਦਰ ਸਰਕਾਰ ਤੋਂ ਤੁਸੀਂ ਐਡੀਸ਼ਨਲ ਚਾਰਜਿਸ ਲਈ ਜਾਂਦੇ ਹੋ ਤੇ ਪੈਸਾ ਤੁਸੀਂ ਇਸ਼ਤਿਹਾਰਾਂ ਤੇ ਦੂਜੇ ਪਾਸੇ ਵੰਡੀ ਜਾਂਦੇ ਹੋ। ਚਾਹੇ ਪੁਰਾਣੀ ਸਰਕਾਰਾਂ ਸੀ ਆ ਸੀ, ਇਹਨਾਂ ਨੇ ਉਹਦੇ ਬਾਅਦ ਆਪਣੇ ਕਾਨੂੰਨ ਚੇਂਜ ਕੀਤੇ। ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਪੈਸਾ ਆਰਡੀਐਫ ਦਾ ਇੱਕ ਐਸਕਰੋ ਅਕਾਊਂਟ 'ਚ ਜਾਊਗਾ, ਡਾਇਰੈਕਟ ਸਿਰਫ ਰੂਰਲ ਡਿਵੈਲਪਮੈਂਟ ਜਾਊਗਾ। ਉਹ ਆਪਣੀ ਸਕੀਮ ਲੈ ਕੇ ਤਾਂ ਉੱਥੇ ਗਏ ਨਹੀਂ। ਤੇ ਇਸੇ ਤਰ੍ਹਾਂ ਆ 8,500 ਕਰੋੜ ਰੁਪਇਆ ਅੰਡਰ ਵੇਰੀਅਸ ਹੈਡਸ ਪਿਆ ਕਿਉਂਕਿ ਯੂਟੀਲਾਈਜੇਸ਼ਨ ਸਰਟੀਫਿਕੇਟ ਨਹੀਂ ਦਿੱਤਾ। ਬਿਨਾਂ ਯੂਟੀਲਾਈਜੇਸ਼ਨ ਸਰਟੀਫਿਕੇਟ ਤੁਸੀਂ ਹੋਰ ਮੰਗਣ ਤੁਰ ਜਾਂਦੇ, ਤੁਹਾਨੂੰ ਦੇਵੇ ਕੌਣ? ਆਪਣੀ ਨਲਾਇਕੀ ਛੁਪਾਉਣ ਵਾਸਤੇ ਇਹ ਹਰੇਕ ਗੱਲ ਨੂੰ ਰਗਦੋਲਣਾ ਚਾਹੁੰਦੇ ਸਭ ਵਿੱਚ ਇਜ਼ ਨੋਟ ਡਨ। ਇਸੇ ਕਰਕੇ ਮੈਂ ਕਹਿ ਰਿਹਾ ਮਾੜਾ ਮੋਟਾ ਜਾਗਰੂਕ ਹੋਣਾ ਪਿਆ ਵੀ ਉਹਨਾਂ ਨੇ ਕਹਿਤਾ, ਸੁਨੀਲ ਨੇ ਕਹਿਤਾ ਨਹੀਂ ਸਾਹਿਬ, ਤੁਸੀਂ ਆਪਣੇ ਆਪ ਜਾਂਚ ਕਰੋ। ਜਾਖੜ ਸਾਹਿਬ, ਮੇਰੇ ਜਿਹੜੇ ਹੋਸਟ ਭਰਾ ਨੇ ਇਹਨਾਂ ਨੇ ਵੀ ਨਸ਼ਿਆਂ ਦੇ ਮੁੱਦੇ ਨੂੰ ਬੜੀ ਪ੍ਰਮੁੱਖਤਾ ਨਾਲ ਉਠਾਇਆ ਹੈ, ਤੁਸੀਂ ਵੀ ਨਸ਼ਿਆਂ ਦੇ ਮੁੱਦੇ ਨੂੰ ਗੱਲ ਕਰ ਰਹੇ ਹੋ। ਪਿਛਲੇ ਦਿਨਾਂ ਦੇ ਵਿੱਚ ਜਦੋਂ ਮੈਂ ਬੜੀ ਕਲੋਜ਼ਲੀ ਇਸ ਸਾਰੀ ਕੰਪੇਨ ਨੂੰ ਵਾਚ ਕਰ ਰਿਹਾ, ਇੱਥੋਂ ਦੇ ਹੀ MLA ਆਪਣੀ ਹੀ ਪਾਰਟੀ ਦੇ ਸੀਨੀਅਰ ਲੀਡਰਾਂ 'ਤੇ ਇਲਜ਼ਾਮ ਲਾਉਂਦੇ ਨੇ ਕਿ ਉਹ ਡਰੱਗ ਦੇ ਵਿੱਚ ਅਤੇ ਪੁਲਿਸ ਵੀ ਇਨਵੋਲਵ ਆ। ਜੇ ਸਟੇਟ ਨਹੀਂ ਕੋਈ ਐਕਸ਼ਨ ਲੈਂਦੀ ਤਾਂ ਸੈਂਟਰਲ ਏਜੰਸੀਜ਼ ਕਿਉਂ ਨਹੀਂ ਐਕਸ਼ਨ ਲੈਂਦੀਆਂ? ਨੰਬਰ ਇੱਕ। ਨੰਬਰ ਦੋ, 85% ਇਨਵੈਸਟਮੈਂਟ ਪੰਜਾਬ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਤੁਸੀਂ ਰਿਪੋਰਟ ਦੇਖੀ ਹੋਣੀ ਆ, ਘੱਟ ਗਈ ਆ। ਇਸ ਪਾਰਟੀ ਜਾਂ ਇਸ ਸਰਕਾਰ ਦੇ ਬੀਜੇ ਹੋਏ ਕੰਡੇ ਕੀ ਬਾਅਦ ਦੇ ਵਿੱਚ ਸੈਂਟਰ ਨੂੰ ਨਹੀਂ ਚੁਣਨੇ ਪੈਣਗੇ? ਬਹੁਤ ਹੀ ਸੈਂਸਿਟਿਵ ਇਸ਼ੂ ਹੈ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਵੀ ਸੈਂਟਰ ਕਿਉਂ ਨਹੀਂ ਇੰਟਰਵੀਨ ਕਰਦੀ। ਸਟੇਟ ਸਬਜੈਕਟ ਹੈ ਲਾਅ ਐਂਡ ਆਰਡਰ, ਪਰ ਉਹਦੇ ਵਾਸਤੇ ਅਮਿਤ ਸ਼ਾਹ ਜੀ ਨੇ ਅੱਜ ਵੀ ਹੁਣ ਵੀ ਕਹਿ ਕੇ ਗਏ ਹੈ, ਜਿੱਦਣ ਲੁਧਿਆਣੇ ਆਏ ਪਰਸੋਂ, ਪਹਿਲਾਂ ਵੀ ਇੱਕ ਦਿਨ ਕਿਹਾ ਸੀ ਵੀ ਅਸੀਂ ਸਟੇਟ ਨੂੰ ਹਰੇਕ ਮਦਦ ਦੇਣ ਵਾਸਤੇ ਤਿਆਰ ਬੈਠੇ ਹਾਂ, ਬਟ ਇਟ ਇਜ਼ ਸਟੇਟ ਸਬਜੈਕਟ, ਅਸੀਂ ਪਾਣੀ ਨੱਕ ਤੋਂ ਉੱਤੇ ਨਹੀਂ ਜਾਣ ਦੇਣਾ। ਕਿਉਂ? ਕਿਉਂਕਿ ਇੱਕ ਬੜਾ ਸੈਂਸਿਟਿਵ ਸਟੇਟ ਹੈ ਪੰਜਾਬ ਦਾ। ਜੇ ਅੱਜ ਸਵੇਰੇ ਸੈਂਟਰ ਆ ਕੇ ਇੱਥੇ ਦਖਲ ਕਰੂਗੀ, ਇੱਥੇ ਹਲਾ ਲਾਲਾ ਇਹਨਾਂ ਨੇ ਪਾ ਦੇਣੀ ਹੈ ਜੀ, ਸਾਡੇ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਦਖਲ ਹੋ ਰਹੀ ਹੈ। ਪਰ ਪੰਜਾਬ ਨੂੰ ਇਸ ਲੇਮ ਐਕਸਕਿਊਜ਼ ਦੇ ਪਿੱਛੇ ਅਸੀਂ ਡੁੱਬਣ ਨਹੀਂ ਦੇਵਾਂਗੇ। ਜਿੱਥੇ ਤਾਈਂ ਤੁਸੀਂ ਇੱਥੇ ਇਨਵੈਸਟਮੈਂਟ ਦੀ ਗੱਲ ਕਰੀ ਜਾਂਦੇ ਹੋ, ਮੈਂ ਪਹਿਲਾਂ ਐਡਰੈਸ ਕਰਕੇ, ਇਸ ਹਾਲਾਤ ਦੇ ਅੰਦਰ ਸਾਹਿਬ ਤੁਸੀਂ ਆਪਣੇ ਵਾਲਾ ਸੰਭਾਲ ਲਓ। ਨਵੇਂ ਦਾ ਆਉਣਾ ਕੀ ਨੇ ਇੱਥੇ? ਕੌਣ ਆ ਕੇ ਇੱਥੇ ਆ ਕੇ ਇੰਡਸਟਰੀ ਲਾਊਗਾ? ਉਹਦੇ ਵਿੱਚ ਫਿਰੌਤੀਆਂ ਮੰਗਣ ਲੱਗ ਜਾਣਗੇ, ਉੱਥੇ ਰੈੱਡ ਟੇਪ ਲੈ ਕੇ ਬਹਿ ਜੂਗੀ, ਉੱਥੇ ਲੋਕ ਆਪਣੀ ਦੁਕਾਨਾਂ ਜਿਹੜੇ ਨੇ ਖੋਲ੍ਹ ਰੱਖੀਏ ਧਰਨੇ ਲਾ ਕੇ ਬੈਠ ਜਾਣਗੇ, ਇੱਥੇ ਹਲੋ ਜੀ ਅਸੀਂ ਨਹੀਂ ਲਾਣ ਦਿੰਦੇ। ਸੋ ਇਹ ਜਿਹੜੇ ਇਕੋਸਿਸਟਮ ਇੰਡਸਟਰੀ ਵਾਸਤੇ ਬਹੁਤ ਜ਼ਰੂਰੀ ਹੈ, ਲਾਅ ਐਂਡ ਆਰਡਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਡਰੱਗ ਵਾਲੀ ਤਾਂ ਤੁਸੀਂ ਆਪ ਹੀ ਕਹਿ ਰਹੇ ਹੋ, ਇਹਨਾਂ ਦੇ MLA ਕੁੰਵਰ ਵਿਜੇ ਪ੍ਰਤਾਪ ਸਿੰਘ ਰੋਜ਼ ਕਹਿੰਦੇ ਉਹਨਾਂ ਨੇ ਬਾਈ ਨੇਮ ਦੱਸੇ। ਸਮੇਂ ਦੀ ਘਾਟ ਇੱਕ ਇੱਕ ਸਵਾਲ ਅਸੀਂ ਲੈ ਲਈਏ ਆਖਰੀ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੁੰਦੇ? ਮੇਰਾ ਜਾਖੜ ਸਾਹਿਬ ਆਲਮੋਸਟ ਸੇਮ ਹੀ ਕੁਐਸਚਨ ਹੈ ਜੋ ਭਾਈ ਸਾਹਿਬ ਨੇ ਹੁਣੇ ਪੁੱਛਿਆ ਕਿ ਪੰਜਾਬ ਪਿਛਲੇ 2.5 ਸਾਲ ਤੋਂ ਬਰਬਾਦੀ ਦੀ ਕਗਾਰ 'ਚ ਜਾ ਰਿਹਾ, ਜੋ ਇੱਥੋਂ ਦੇ ਲਾਅ ਐਂਡ ਆਰਡਰ, ਜੋ ਇੱਥੋਂ ਦੇ ਹਾਲਾਤ ਬਣੀ ਜਾ ਰਹੇ। ਮੇਰਾ ਹੀ ਕੁਐਸਚਨ ਇਹੀ ਸੀਗਾ ਕਿ ਸੈਂਟਰ ਗੌਰਮੈਂਟ ਸੁਪਰੀਮ ਪਾਵਰ ਹੈ, ਤੁਸੀਂ ਸਾਡੇ ਨੁਮਾਇੰਦੇ ਹੋ ਪੰਜਾਬ ਦੇ ਸੈਂਟਰ ਗੌਰਮੈਂਟ ਦੇ ਵਿੱਚ, ਤੁਸੀਂ ਉਹਨਾਂ ਨੂੰ ਸਾਰੇ ਹਾਲਾਤ ਖੈਰ ਦੱਸਦੇ ਹੀ ਹੋ ਜੋ ਵੀ ਹੈ, ਕਿਆ ਸੈਂਟਰ ਗੌਰਮੈਂਟ ਇਹਦੇ ਵਾਸਤੇ ਕੀ ਐਕਸ਼ਨ ਲੈ ਸਕਦੀ? ਕਿਉਂਕਿ ਅਸੀਂ ਲੋਕ ਤਾਂ ਤੁਹਾਡੇ ਮੂੰਹ ਵੱਲ ਦੇਖ ਰਹੇ ਹਾਂ ਕਿ ਅਸੀਂ ਕਿੱਧਰ ਜਾਈਏ। ਸਾਹਿਬ ਬਿਲਕੁਲ ਦੇਖੋ, ਬਟ ਫਿਰ ਉਹੀ ਗੱਲ ਹੈ, ਜਵਾਬ ਉਹੀ ਹੈ ਸਾਹਿਬ। ਅੱਜ ਦੇ ਦਿਨ ਦਖਲ
ਕਰਦੇ ਹੀ ਆ ਮਸਲਾ ਸੈਂਟਰ ਸਟੇਟ ਦਾ ਬਹੁਤ ਹੀ ਸੈਂਸਿਟਿਵ ਹੈ, ਦਰਵਾਜ਼ੇ ਖੁੱਲ ਜਾਣਗੇ, ਫਿਰ ਕਿਸੇ ਸਟੇਟ 'ਚ ਆ ਕੇ ਕੋਈ ਸੈਂਟਰ ਦਖਲ ਕਰੇ ਇੱਥੇ ਆ ਹੀ ਬਣਾ ਦੇਣਗੇ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ। ਪਰ ਜਿੱਥੇ ਤਾਂ ਨਸ਼ੇ ਦੀ ਗੱਲ ਕਰੀ ਜਾਂਦੇ ਹਾਂ, ਨਸ਼ੇ ਦੇ ਵਿੱਚ ਸਭ ਇੱਥੇ ਇੱਕ ਨਾਰਕੋਟਿਕ ਕੰਟਰੋਲ ਬਿਊਰੋ ਦੇ ਇੱਕ ਦਫ਼ਤਰ ਬਣੇ, ਪਰਸੋਂ ਲੁਧਿਆਣੇ ਕਹਿ ਕੇ ਗਏ ਵੀ ਅਸੀਂ 17 ਹੋਰ ਨਾਰਕੋਟਿਕ ਕੰਟਰੋਲ ਬਿਊਰੋ ਦੇ ਆਫਿਸ ਪੰਜਾਬ 'ਚ ਖੋਲ੍ਹਣ ਲੱਗੇ ਹਾਂ। ਉਹਨਾਂ ਨੇ ਇੱਕ ਗੱਲ ਬੜੀ ਰੈਜੋਲਿਊਟਲੀ ਜਿਹੜੀ ਉੱਥੇ ਉਹਨਾਂ ਨੇ ਕਹੀ ਅਮਿਤ ਸ਼ਾਹ ਜੀ ਨੇ, ਵੀ ਮੈਂ ਤੁਹਾਨੂੰ ਪੰਜਾਬ ਨੂੰ ਯਕੀਨ ਦਵਾਉਣਾ ਵੀ ਇਹਦੇ ਅਸੀਂ ਬੀਜੇਪੀ ਪਾਰਟੀ ਸਕਸ਼ਮ ਹੈ ਇਸ ਪ੍ਰੋਬਲਮ ਨੂੰ, ਜਿਵੇਂ ਚਾਣਕਿਆ ਕਹਿੰਦਾ ਸੀ ਜੜੋਂ ਕੱਢ ਕੇ ਜੜੋਂ ਕੱਢੂੰਗਾ ਇਸ ਪ੍ਰੋਬਲਮ ਨੂੰ। ਇਹ ਉਹਨਾਂ ਦੀ ਕਮਿਟਮੈਂਟ ਹੈ, ਆਹ ਬੀਜੇਪੀ ਦੀ ਕਮਿਟਮੈਂਟ ਹੈ, ਨਰਿੰਦਰ ਮੋਦੀ ਦੀ ਕਮਿਟਮੈਂਟ ਹੈ, ਜਿਹੜੇ ਉਹ ਕੰਮ ਕਰ ਸਕਦੇ ਜਿਹੜੇ ਇਹਨਾਂ ਤੋਂ ਨਹੀਂ ਹੁੰਦੇ। ਜਾਕਰ ਸਾਹਿਬ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਜਾਂਦੇ ਜਾਂਦੇ ਮੋਟਾ ਮੋਟਾ ਹੁਣ ਤੁਸੀਂ ਸਾਰੇ ਘੁੰਮ ਵੀ ਲਿਆ, ਸੂਬੇ ਦੇ ਪ੍ਰਧਾਨ ਵੀ ਹੋ, ਪੂਰੇ ਦੇਸ਼ ਦੇ ਸਿਨੈਰੀਓ ਨੂੰ ਵੀ ਦੇਖ ਰਹੇ ਹੋਵੋਗੇ, ਕੀ ਕਹਿੰਦਾ ਸਿਆਸੀ ਗਣਿਤ ਬੀਜੇਪੀ ਦੀ, ਕੀ ਹਾਲਤ ਰਹਿਣ ਵਾਲੀ ਹੈ ਦੇਸ਼ ਦੇ ਵਿੱਚ ਜਿਹੜਾ 400 ਪਾਰ ਦਾ ਦਾਵਾ ਕਰਦੇ ਹੋ? ਹਾਲਾਂਕਿ ਵਿਰੋਧੀ ਧਿਰਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਬੇੜਾ ਪਾਰ ਲਾਉਣ ਦੀ ਗੱਲ ਹੈ, 400 ਪਾਰ ਦੀ ਨਹੀਂ। ਬੇੜਾ ਪਾਰ ਤਾਂ ਉਹ ਵੀ ਮੰਨੀ ਜਾਂਦੇ ਸਾਹਿਬ, ਫਿਰ ਬੇੜਾ ਪਾਰ ਤਾਂ ਉਹ ਵੀ ਮੰਨੀ ਜਾਂਦੇ, ਫਿਰ ਮੈਂ ਕੀ ਕਹਾਂ ਸਾਹਿਬ? ਉਹ ਆਪਣੀ ਕਮਜ਼ੋਰੀਆਂ ਟੱਕ ਰਹੇ ਹੈ ਸਾਹਿਬ, ਸਰਕਾਰ ਬੀਜੇਪੀ ਦੀ ਬਣ ਰਹੀ ਹੈ ਸਾਹਿਬ। ਦੇਖੋ ਉਸ ਦਿਨ ਬੜਾ ਕਲੀਅਰਲੀ ਮੈਂ ਨਹੀਂ ਬਣਾ ਰਿਹਾ ਸਾਹਿਬ, ਲੋਕ ਬਣਾ ਰਹੇ ਹੈ ਇਹਨਾਂ ਦੇ ਸਾਹਮਣੇ। ਅੱਛਾ ਤੁਸੀਂ ਇਹਦਾ ਸਵਾਲ ਇਸ 'ਚ ਆ ਜੇ, ਕਿਸੇ ਨੂੰ ਪੁੱਛ ਲਓ ਵੀ ਤੁਹਾਡੀ ਅਗਰ ਸਪੋਜ਼ ਕਰੋ ਮੋਦੀ ਜੀ ਨਹੀਂ ਤੁਹਾਡੀ ਬਣਦੀ ਤਾਂ ਵੋਟ ਕਿਹੜੇ ਨੂੰ ਪਾਓਗੇ ਸਾਹਿਬ? ਕੇਜਰੀਵਾਲ ਸਾਹਿਬ ਨੂੰ ਦਿਓਗੇ? ਰਾਹੁਲ ਜੀ ਨੂੰ ਪਾਓਗੇ? ਮਮਤਾ ਬੈਨਰਜੀ ਨੂੰ ਪਾਓਗੇ? ਫਲਾਣੇ ਸਿੰਘ ਪਤਾ ਨਹੀਂ ਕਿਹੜੇ ਕਿਹੜੇ ਇਕੱਠੇ ਕਰ, ਉਹਨਾਂ ਨੂੰ ਪਾਓਗੇ? ਸਭ ਤੋਂ ਆਲਟਰਨੇਟਿਵ ਦੱਸੋ, ਆਕਲਨ ਕੀ ਕਹਿੰਦਾ, ਫਿਗਰ ਦੱਸੋ, ਫਿਗਰ ਦੱਸੋ। ਮੈਂ ਸਭ ਜੋਤਿਸ਼ੀ ਨਹੀਂ, ਮੈਂ ਜੋਤਿਸ਼ ਲਾਉਂਦਾ ਨਹੀਂ, ਲੋਕਾਂ ਦੇ ਮੂੰਹ ਤੇ ਬੋਲ ਰਿਹਾ ਸਾਹਿਬ, ਨਸ਼ਾ ਬੋਲ ਰਿਹਾ। ਜਿਵੇਂ ਪਾਰਾ ਵਧੀ ਜਾਂਦਾ ਨਾ ਜੀ, ਰੋਜ਼ 45-48-50 ਅੱਜ 51 ਕਹੀ ਕਹੀ ਜਾਂਦੇ ਆ, ਉਸੇ ਤਰ੍ਹਾਂ ਲੋਕਾਂ ਦਾ ਜੋਸ਼ ਵਧੀ ਜਾ ਰਿਹਾ। ਲੋਕਾਂ ਨੇ ਦੇਖ ਲਿਆ ਇੱਕ ਟੀਨਾ ਫੈਕਟਰ, ਦੇਰ ਇਜ਼ ਨੋ ਆਲਟਰਨੇਟਿਵ, TINA, ਟੀਨਾ ਫੈਕਟਰ ਹੈ ਸਾਹਿਬ। ਕਾਂਗਰਸ ਨੂੰ ਕਿੱਥੇ ਦੇਖਦੇ ਹੋ? ਕਾਂਗਰਸ ਤਾਂ ਮੈਂ ਤਾਂ ਪੰਜਾਬ 'ਚ ਦੇਖ ਰਿਹਾ, ਪੰਜਾਬ 'ਚ ਸਾਰੇ ਇੱਕ ਦੂਜੇ ਨੂੰ ਵੱਢਣ 'ਤੇ ਲੱਗੇ ਸਾਹਿਬ। ਕੋਈ ਉਹਨਾਂ ਨੂੰ ਆਪਣੇ ਆਸ਼ੂ ਜੀ ਨੂੰ ਕਿਸੇ ਨੇ ਠੋਕਤਾ ਜੀ, ਕਿਸੇ ਨੇ ਉੱਥੇ ਰਾਣਾ KP ਜੀ ਨੂੰ ਮਾਰਤਾ, ਕਿਸੇ ਨੇ ਵਿਜੇਂਦਰ ਸਿੰਗਲੇ ਦਾ ਰਾਜਨੀਤਿਕ ਕਤਲ ਕਰਤਾ, ਕਿਸੇ ਨੇ ਡਾਵਰ ਸਾਹਿਬ ਨੂੰ ਠੋਕਤਾ, ਕਿਸੇ ਨੇ, ਕੋਈ ਸਾਹਿਬ ਛੱਡਿਆ ਹੀ ਨਹੀਂ ਸਾਹਿਬ ਇਹਨਾਂ ਨੇ, ਸਾਰੇ ਆਪਣੇ ਇੱਕ ਦੂਜੇ ਲੱਤ ਕੱਢੀ ਜਾਂਦੇ ਆ। ਪੰਜਾਬ ਕਾਂਗਰਸ ਕਰੂਗੀ ਕੀ ਸਾਹਿਬ? ਬੀਜੇਪੀ ਪੰਜਾਬ 'ਚ ਕੀ ਕਿਸ ਤਰ੍ਹਾਂ ਪਰਫਾਰਮੈਂਸ ਦੇਗੀ? ਬਹੁਤ ਬੜੀਆ ਪਰਫਾਰਮੈਂਸ ਆਊਗੀ ਸਾਹਿਬ। ਅਸੀਂ ਇੱਥੇ ਸੀਟਾਂ ਨਹੀਂ ਸਾਹਿਬ, ਅਸੀਂ ਤਾਂ ਇੱਥੇ ਬਿਉਂਤ ਮੰਦੀ, ਤੁਸੀਂ 24 ਦੀ ਗੱਲ ਕਰੀ ਜਾਂਦੇ ਹੋ, ਅਸੀਂ 27 ਦੀ ਕਰੀ ਜਾਂਦੇ ਸਾਹਿਬ। ਤਿਆਰੀ ਫੋਰ 27, ਲੋਕਾਂ ਨੂੰ ਆ ਹੁਣ ਯਕੀਨ ਹੋ ਗਿਆ ਬੀਜੇਪੀ ਇਜ਼ ਹੇਅਰ ਟੂ ਸਟੇ। ਛੋਟਾ ਭਰਾ ਹੁਣੀ ਸਾਹਿਬ, ਭਰਾ ਮਚੋਰ ਹੋ ਗਿਆ, ਅੱਜ ਬਰਾਬਰ ਹੈ ਸਾਹਿਬ। ਪੰਜਾਬ ਦੀ ਖੂਬਸੂਰਤੀ ਹੈ ਬਰਾਬਰ, ਚਾਹੇ ਇੱਕ ਜਨ ਬੰਦਾ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਦਲਿਤ ਭਾਈਚਾਰਾ, ਈਸਾਈ ਹੈ, ਮੁਸਲਿਮ, ਸਾਰੇ ਬਰਾਬਰ ਹੈ ਸਾਹਿਬ। ਪੰਜਾਬ ਦੀ ਕਾਂਗਰਸ ਜਿਹੜੀ ਹੈ, ਪੰਜਾਬ ਕਾਂਗਰਸ ਲੀਡਰਸ਼ਿਪ ਹਿੰਦੂਆਂ ਨੂੰ ਮਾੜੀ ਨਿਗਾਹ ਨਾਲ ਦੇਖਦੀ ਹੈ, ਨਫ਼ਰਤ ਨਾਲ ਦੇਖ ਰਹੀ ਹੈ ਸਾਰੇ ਮਾਂਜ 'ਤੇ ਉਹਨਾਂ ਨੇ। ਆਹ ਜਿਹੜਾ ਵਿਤਕਰਾ ਛੋਟੇ ਭਰਾ ਵੱਡੇ ਭਰਾ ਵਾਲਾ, ਖਤਮ ਬੀਜੇਪੀ ਕਰੂਗੀ ਸਾਹਿਬ। ਲੋਕ ਕਰਨਗੇ, ਗੁਰੂ ਮਹਾਰਾਜ ਦੀ ਇਸ ਗੁਰੂ ਨਗਰੀ 'ਚ ਬੈਠੇ ਹਾਂ, ਮਾਨਸ ਕੀ ਜਾਤ ਸਭ ਏਕੋ ਪਹਿਚਾਨਵੇ, ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ। ਪੰਜਾਬ ਦੀ ਬੀਜੇਪੀ ਆਉਣ ਵਾਲੇ 24 ਦਿਨ ਸਾਹਿਬ, 27 ਦੇ ਅੰਦਰ ਇਹ ਉਹਨਾਂ ਨੂੰ ਦਿਖਾਉਣਗੇ ਵੀ ਐਡੀ ਮਾੜੀ ਸੋਚ, ਸੋੜੀ ਸੋਚ ਜਿਹੜੀ ਕਾਂਗਰਸੀ ਲੀਡਰਸ ਦੀ, ਪੰਜਾਬ ਕਾਂਗਰਸ ਲੀਡਰਸ ਦੀ, ਉਹਨੂੰ ਨਕਾਰਨਗੇ। ਲਾਸਟ ਵਰਡ ਇਕੱਲੀ ਕਾਂਗਰਸ ਨਹੀਂ ਸਾਹਿਬ, ਅਗਰ ਜੇ ਅੱਜ ਅਕਾਲੀ ਲੀਡਰਸ਼ਿਪ ਰੈਡੀਕਲ ਵਿਊਜ਼ ਲੈ ਰਹੀ ਹੈ ਆਪਣਾ ਬੇਸ ਜੁਟਾਉਣ ਵਾਸਤੇ, ਮੇਰੀ ਗੱਲ ਸੁਣ ਲੈਣ, ਕਾਂਗਰਸ, ਪੰਜਾਬ ਕਾਂਗਰਸ ਸੁਣ ਲਵੇ, ਅਕਾਲੀ ਦਲ ਸੁਣ ਲਵੇ, ਜੇ ਆਮ ਆਦਮੀ ਪਾਰਟੀ ਇੱਥੇ ਬਟਕਰਾ ਕਰ ਰਹੀ ਹੈ ਕਿਸਾਨ ਅਤੇ ਵਪਾਰੀ ਦੇ ਵਿੱਚ, ਉਹ ਸੁਣ ਲੈਣ। ਜਿਹੜੀ ਪਾਰਟੀ ਇਰਰਿਸਪੈਕਟਿਵ ਕੋਈ ਵੀ ਪਾਰਟੀ ਹੈ, ਜਿਹੜੀ ਪੰਜਾਬ ਨੂੰ ਰਿਲੀਜਨ ਦੇ ਆਧਾਰ 'ਤੇ
ਪਰਸੈਂਟੇਜ ਦੇ ਆਧਾਰ ਤੇ ਵੀ ਇੰਨੇ 24% ਆਏ ਜੀ, 33% ਆਏ ਜੀ, 40% ਆਏ। ਜਿਹੜੀ ਵੀ ਰਾਜਨੀਤਿਕ ਪਾਰਟੀ ਧਰਮ ਦੇ ਚਸ਼ਮਿਆਂ ਨਾਲ ਜਾਤ ਬਰਾਦਰੀ ਦੇ ਨਾਮ ਤੇ ਇੱਥੇ ਪੰਜਾਬ ਨੂੰ ਦੇਖੂਗੀ ਉਹਦੇ ਪੰਜਾਬ 'ਚ ਕਦੇ ਪਾਂਵ ਨਹੀਂ ਲੱਗ ਸਕਦੇ। ਪੰਜਾਬ ਸੈਕੂਲਰ ਸੂਬਾ ਹੈ। ਤੁਹਾਡੇ ਤੇ ਹੀ ਸਵਾਲ ਚੁੱਕਦੇ ਹੋ, ਕਹਿੰਦੇ ਕਿ ਤੁਸੀਂ ਕਿਹਨੂੰ ਧਰਮ ਨਿਰਪੱਖ ਹੋ ਕਹਿੰਦੇ, ਪਰ ਤੁਸੀਂ ਤਾਂ ਹਿੰਦੂ ਮੁਸਲਿਮ ਕਿੱਥੇ ਕਰਦੇ ਆ? ਬਿਲਕੁਲ, ਮੈਂ ਕਹਿੰਦਾ ਪੰਜਾਬ ਦੇ ਅੰਦਰ ਮਲੇਰਕੋਟਲਾ ਇੱਕ ਜਿਉਂਦੀ ਜਾਗਦੀ ਐਗਜ਼ਾਮਪਲ ਹੈ ਸਾਹਿਬ। ਪੰਜਾਬ ਇੱਕ ਵਿਲੱਖਣ ਪਰਸਨੈਲਿਟੀ ਹੈ ਪੰਜਾਬ ਦੀ। ਗੁਰੂ ਮਹਾਰਾਜ ਨੇ ਜਿਸ ਦਿਨ ਖਾਂਡੇ ਨਾਲ ਅੰਮ੍ਰਿਤ ਛਕਾਇਆ ਸੀ ਨਾ ਸਾਹਿਬ, ਉਹ ਸੈਕੂਲਰਿਜ਼ਮ ਸਾਡੇ ਦਾ DNA 'ਚ ਵੜ ਗਿਆ। ਅਸੀਂ ਇੱਥੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਸਤੇ ਇੱਥੇ ਬੈਠੇ ਹਾਂ। ਨਿਰਪਿੰਦਰ ਜੀ ਸਾਰੇ ਇੱਥੇ ਉਸ ਭਾਵਨਾ ਨੂੰ ਨਕਾਰਨਗੇ। ਚਾਹੇ ਤੁਸੀਂ 22 ਦੇ ਇਲੈਕਸ਼ਨਾਂ 'ਚ ਦੇਖ ਲਿਆ ਸਾਹਿਬ, ਕਾਂਗਰਸ ਪਾਰਟੀ ਨੇ ਦਲਿਤ ਚਿਹਰੇ ਦੇ ਦਲਿਤ ਵੋਟ ਲੈਣ ਦੀ ਕੋਸ਼ਿਸ਼ ਕੀਤੀ, ਦਲਿਤਾਂ ਨੇ ਵੋਟ ਨਹੀਂ ਪਾਇਆ। ਅਕਾਲੀਆਂ ਨੇ ਆਪਣੇ ਆਪ ਨੂੰ ਸਿੱਖ ਵੋਟ ਲੈਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਮਿਲਿਆ। BJP ਨੇ ਅਗਰ ਹਿੰਦੂ ਵੋਟ 'ਤੇ ਕੰਸਨਟਰੇਟ ਕੀਤਾ, ਹਿੰਦੂਆਂ ਨੇ ਨਹੀਂ ਪਾਇਆ। ਸਾਰਿਆਂ ਨੇ ਰਲ ਕੇ ਇੱਕ ਅਣਜਾਣ ਪਾਰਟੀ ਨੂੰ, ਆਮ ਆਦਮੀ ਪਾਰਟੀ ਨੂੰ ਚੜ੍ਹਾ ਤੇ, ਚਾਹੇ ਉਹਦਾ ਅਸੀਂ ਸਿਖਾਮਿਆਂ ਨਾਲ ਭੁਗਤ ਰਹੇ ਹਾਂ, ਪਰ ਸਾਰੀ ਪਾਰਟੀਆਂ ਨੂੰ ਇੱਕ ਸਬਕ ਸੇਧ ਦੇ ਤੀ ਵੀ ਇੱਥੇ ਸਾਡੇ ਤੁਸੀਂ ਇਸ ਕਿਸਮ ਦੀ ਦੋ ਫਾੜ ਜੀ ਨਾ ਪਾਓ। ਅਸੀਂ ਸਾਰੇ ਇਕੱਠੇ ਹਾਂ, ਪੰਜਾਬੀ ਅਸੀਂ ਪਹਿਲੇ ਹਾਂ, ਦੇਸ਼ ਭਗਤ ਅਸੀਂ ਪਹਿਲੇ ਹਾਂ, ਉਹਦੇ ਬਾਅਦ ਕੋਈ ਸਾਡਾ ਜੋ ਵੀ ਹੈ ਇਮਾਨ ਜਿਹੜਾ ਹੈ, ਅਸੀਂ ਗੁਰੂ ਮਹਾਰਾਜ ਦੇ ਸੇਧ ਤੇ ਚੱਲਣ ਵਾਲੇ। ਰਾਮ ਮੰਦਿਰ ਪੰਜਾਬ 'ਚ ਚੱਲੇਗਾ? ਰਾਮ ਮੰਦਿਰ ਸਾਹਿਬ, ਰਾਮ ਮੰਦਿਰ ਮੈਂ ਤੁਸੀਂ ਰੋਜ਼ ਦੇਖਦੇ ਹੋ ਸਾਹਿਬ, ਜਿਹੜਾ ਨੇ ਲਾਂਘਾ ਖੁਲਵਾਇਆ ਉਹਨਾਂ ਉਹੀ ਰਾਮ ਮੰਦਿਰ ਲੈ ਕੇ ਆਏ ਸਾਹਿਬ। ਆਹ ਲਾਂਘਾ ਜਿਹੜਾ ਖੁਲਵਾਇਆ ਹੈ, ਜੇ ਰਾਮ ਮੰਦਿਰ ਬਣਵਾਇਆ ਹੈ, ਉਹ ਸਭ ਉਹੀ ਸ਼ਖਸੀਅਤ ਹੈ। ਰਾਮ ਮੰਦਿਰ ਦੇਖੋ, ਇੱਕ ਮਿੰਟ ਸਰ, ਰਾਮ ਮੰਦਿਰ ਹੋਵੇ ਚਾਹੇ ਕਰਤਾਰਪੁਰ ਲਾਂਘਾ ਹੋਵੇ, ਨਰਪਿੰਦਰ ਜੀ ਚਾਹੇ ਲਾਂਘਾ ਹੋਵੇ ਚਾਹੇ ਰਾਮ ਮੰਦਿਰ ਹੋਵੇ, ਇਹ ਜਿੱਥੇ ਤਾਈ ਸਾਡੇ, ਇਹ ਸਾਡੇ ਵਾਸਤੇ ਕੋਈ ਵੋਟ ਭੁਨਾਉਣ ਦੇ ਮਸਲੇ ਨਹੀਂ ਹੈ ਸਾਹਿਬ, ਇਹ ਸਾਡੇ ਵਾਸਤੇ ਆਸਥਾ ਹੈ। ਪਰ ਇਹਦੇ ਨਾਲ ਨਾਲ ਲੋਕ ਦੇਖਦੇ ਆ ਵੀ ਇੱਕ ਸਟਰੋਂਗ ਲੀਡਰਸ਼ਿਪ ਕੀ ਕੁਛ ਕਰ ਸਕਦੀ ਹੈ, ਉਹ ਕਰਕੇ ਦਿਖਾਇਆ। ਅਸੀਂ ਆਹ ਜਿਹੜੇ ਨਾਟਕ ਕਰਦੇ ਹਾਂ ਨਾ, ਆਖਰੀ ਗੱਲ ਫਿਰ ਦੁਹਰਾਉਂਗਾ ਸਾਹਿਬ, ਕਈ ਲੋਕ ਉੱਥੇ ਮੈਂ ਦੇਖਿਆ ਲੁਧਿਆਣੇ ਦੇ ਅੰਦਰ, ਉਹ ਕਨਈਆ ਦੇ ਉਹਦੇ ਗਾਣਿਆਂ 'ਤੇ ਨੱਚ ਰਹੇ ਸੀ ਸਟੇਜ 'ਤੇ ਜਾ ਕੇ, ਅਤੇ ਸਵੇਰੇ ਜਾ ਕੇ ਉਹ ਪਗੜੀ ਪਾ ਕੇ, ਜਿਵੇਂ ਕਹਿੰਦੇ ਨੇ ਪਗੜੀ ਟੋਪੀ ਨਹੀਂ ਹੈ ਸਾਹਿਬ, ਜਦੋਂ ਮਰਜ਼ੀ ਉਤਾਰ ਲਈ, ਜਦੋਂ ਲਾ ਲਈ, ਜਦੋਂ ਰਾਹੁਲ ਜੀ ਨੇ ਕਿਹਾ ਵੀ ਪਗੜੀ ਵਾਲੇ ਚੀਫ ਮਿਨਿਸਟਰ ਬਣੂ, ਉਦੋਂ ਅਸੀਂ ਪਗੜੀ ਲਾ ਲਈ, ਜਦੋਂ ਕਨਈਆ ਗਾਣੇ ਗਾਉਣ ਲੱਗੇ ਉਦੋਂ ਸਟੇਜ 'ਤੇ ਜਾ ਕੇ ਅਸੀਂ ਰਾਮ ਭਗਤ ਹੋ ਕੇ ਨੱਚਣ ਲੱਗੇ। ਇਹ ਜਿਹੇ ਲੋਕ ਨਾ ਤਾਂ ਸਿੱਖਾਂ ਦੇ ਹਿਤੈਸ਼ੀ, ਨਾ ਹਿੰਦੂਆਂ ਦੇ ਹਿਤੈਸ਼ੀ, ਆਹ ਤਾਂ ਵਿੱਚ ਵਿਚਾਲਾ, ਦੇ ਹੈਵ ਲੋਸਟ ਦੇਅਰ ਆਈਡੈਂਟੀ। ਆਹ ਜਿਹੜੀ ਕਾਂਗਰਸ ਪਾਰਟੀ ਹੈ, ਕਊਆ ਚਲਾ ਹੰਸਕੀ ਚਾਲ, ਅਤੇ ਉਹ ਸਾਰਾ ਕੁਝ ਨਿਬੜ ਗਿਆ ਇਹਨਾਂ ਦਾ ਕੰਮ, ਦੇ ਹੈਵ ਲੋਸਟ ਦੇਅਰ ਆਈਡੈਂਟੀ। ਇਹ ਲੋਕ ਪੰਜਾਬ ਦੇ ਵਾਸਤੇ ਘਾਤਕ ਹੈ। ਸਾਰਿਆਂ ਦਾ ਬਰਾਬਰ ਦਾ ਅਧਿਕਾਰ ਹੈ ਸਾਹਿਬ, ਲੋਕਾਂ ਨੂੰ ਆਪਣੀ ਆਈਡੈਂਟੀ ਵਾਸਤੇ। ਮੈਨੂੰ ਫਖਰ ਹੈ ਸਾਹਿਬ ਮੇਰੇ ਇਹਦੇ 'ਤੇ, ਮੈਨੂੰ ਆਪਣੇ ਹਿੰਦੂ ਹੋਣ 'ਤੇ ਫਖਰ ਹੈ, ਮੈਨੂੰ ਉਸ ਤੋਂ ਜ਼ਿਆਦਾ ਫਖਰ ਹੈ ਵੀ ਮੈਂ ਪੰਜਾਬੀ ਹਾਂ, ਅਤੇ ਉਸ ਤੋਂ ਜ਼ਿਆਦਾ ਫਖਰ ਹੈ ਮੈਂ ਹਿੰਦੁਸਤਾਨੀ ਹਾਂ, ਮੈਨੂੰ ਪੱਗ ਬੰਨੀ ਹੁੰਦੀ ਤਾਂ ਸ਼ਾਇਦ ਜਦੋਂ ਪਿਛਲੀ ਵਾਰੀ ਰੌਲਾ ਜਿਹਾ ਪਿਆ ਸੀ ਮੁੱਖ ਮੰਤਰੀ ਹੁੰਦੇ। ਦੇਖੋ ਸਾਹਿਬ, ਮੈਂ ਨਾਟਕ ਨਹੀਂ ਕਰਦਾ ਸਾਹਿਬ, ਮੈਂ ਜੋ ਕੁਛ ਹਾਂ ਉਹ ਲੋਕ ਦੇ ਹੈ, ਲੋਸਟ ਦੇ ਸੈਲਫ ਰਿਸਪੈਕਟ ਉਹਨਾਂ ਦੀ ਹੈ ਹੀ ਨਹੀਂ ਸਾਹਿਬ, ਉਹ ਤਾਂ ਵਿਕਾਊ ਮਾਲ ਹੈ, ਆਪਣੇ ਮਤਲਬ ਵੀ ਮਾਲ ਹੈ, ਮਤਲਬ ਵਾਸਤੇ ਉਹਦੇ ਕਨਈਏ ਦੇ ਅੱਗੇ ਨੱਚੀ ਜਾਂਦੇ ਜੀ। ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਜਿਹੜੀ ਕਹਿੰਦੀ ਸੀ ਰਾਮ ਮੰਦਿਰ ਨਹੀਂ ਜਾਂਦੇ, ਰਾਹੁਲ ਗਾਂਧੀ ਨੇ ਤਾਂ ਵਿਚਾਰੇ ਨੂੰ ਉਹਨੂੰ ਸਮਝਾਤਾ ਰਾਹੁਲ ਉੱਥੇ ਨਹੀਂ ਜਾਣਾ, ਇਹ ਸਾਰੇ ਜਾ ਕੇ ਉੱਥੇ ਰਾਮ ਮੰਦਿਰ 'ਚ ਜਾ ਕੇ ਸੈਲਫੀ ਖਿਚਾ ਕੇ ਆਉਂਦੇ, ਆਏ ਕਿ ਨਹੀਂ ਸਾਹਿਬ? ਆਹ ਕਾਂਗਰਸ ਪਾਰਟੀ ਹੈ, ਇਹ ਤੁਸੀਂ ਆਪਣੇ ਆਪ ਨੂੰ ਹਿੰਦੂਆਂ ਦੇ ਵੋਟ ਲੈਣਾ ਚਾਹੁੰਦੀ ਹੈ। ਸੋ ਪੰਜਾਬ ਦੇ ਲੋਕਾਂ ਨੂੰ ਧੋਖਾ ਨਾ ਦਿਓ, ਇੱਕ ਆਲਰੇਡੀ ਧੋਖਾ ਦੇ ਰਹੇ ਹੋ ਵੀ ਅੱਡ ਦੁਕਾਨਾਂ ਖੋਲੀ ਬੈਠੇ ਹੋ, ਇਕੱਠੇ ਹੈ ਸਾਹਿਬ, ਆਮ ਆਦਮੀ ਪਾਰਟੀ ਅਤੇ ਕਾਂਗਰਸ ਬਿਲਕੁਲ ਇਕੱਠੀ ਹੈ। ਲੋਕ ਵੋਟ ਖਰਾਬ ਨਾ ਕਰਨ, ਸਰਕਾਰ BJP ਦੀ ਬਣ ਜਾ ਰਹੀ ਹੈ, ਮੇਰੀ ਬੇਨਤੀ ਹੈ ਪੰਜਾਬ ਦੇ ਵਿੱਚ ਆਪਣੀ ਜਾਨ ਮਾਲ ਅਤੇ ਹੁਣ ਇੱਜ਼ਤ ਵੀ ਅਗਰ ਹਿਫਾਜ਼ਤ ਚਾਹੁੰਦੇ ਹੋ, BJP ਦੀ ਸਰਕਾਰ ਲੈ ਕੇ ਆਓ, ਖੰਘਣ ਨਹੀਂ ਦੇਣਾ ਇੱਥੇ ਕਿਸੇ ਨੂੰ। ਸੁਨੀਲ ਕੁਮਾਰ ਜਾਖੜ ਵੱਡੇ ਦਾਅਵੇ ਨੇ ਔਰ ਵਾਅਦੇ ਵੀ ਕਈ ਕਰਦੇ ਨੇ, ਔਰ ਪੰਜਾਬ ਦੇ ਵਿੱਚ ਕੀ ਹਾਲਾਤ ਰਹਿਣਗੇ, ਕੀ ਤਸਵੀਰ ਰਹੇਗੀ, ਇਹਦਾ ਸਮਾਂ ਦੱਸੇਗਾ। ਪਰ ਸੁਨੀਲ ਕੁਮਾਰ
ਜਾਖੜ ਹੋਣੀ ਜਨਤਾ ਦੀ ਕਚਹਿਰੀ ਦੇ ਵਿੱਚ ਸੀ ਔਰ ਖੁੱਲ੍ਹ ਕੇ ਆਪਣੀ ਗੱਲ ਰੱਖੀ ਆ। ਪਰ ਜਾਖੜ ਸਾਹਿਬ ਦੀਆਂ ਗੱਲਾਂ, ਜਾਖੜ ਸਾਹਿਬ ਦੇ ਦਾਅਵਿਆਂ ਦਾ ਹੁਣ ਪੰਜਾਬ 'ਤੇ ਕੀ ਅਸਰ ਪਏਗਾ, ਇਹ ਤਾਂ ਸਮਾਂ ਦੱਸੇਗਾ। ਪਰ ਫਿਲਹਾਲ ਦੇਖਦੇ ਹਾਂ ਸਿਆਸੀ ਸਿਚੁਏਸ਼ਨ ਪੰਜਾਬ ਦੀ ਕੀ ਕਹਿੰਦੀ ਹੈ, ਕਿਉਂਕਿ ਪਾਰਾ ਜਿਵੇਂ ਜਿਵੇਂ ਤਾਪਮਾਨ ਉੱਪਰ ਜਾ ਰਿਹਾ, ਉਵੇਂ ਸਿਆਸੀ ਤਾਪਮਾਨ ਉਸ ਤੋਂ ਕਈ ਗੁਣੇ ਉੱਪਰ ਜਾ ਰਿਹਾ। ਫਿਲਹਾਲ ਅੱਜ ਦੀ ਇਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਮੇਰੇ ਕੈਮਰਾਮੈਨ ਸਹਿਯੋਗੀ ਅਨੀਸ਼ ਵਿਨੋਦ ਕੁਮਾਰ ਅਤੇ ਸਥਾਨਕ ਸਹਿਯੋਗੀ ਰਜੀਵ ਕੁਮਾਰ ਦੇ ਨਾਲ ਮੈਨੂੰ ਨਰਿੰਦਰ ਸਿੰਘ ਬਰਾੜ ਨੂੰ ਦਿਓ ਇਜਾਜ਼ਤ। ਧੰਨਵਾਦ।